ਲੰਬੇ ਸਮੇਂ ਤੋਂ ਚਰਚਾ ਸੀ ਕਿ ਗਠਜੋੜ ਹੋ ਸਕਦਾ ਬੀਜੇਪੀ ਦਾ ਤੇ ਸ਼੍ਰੋਮਣੀ ਅਕਾਲੀ ਦਲ ਦਾ ਕੀ ਕਾਰਨ ਕੀ ਰਹੇ ਜਿਹੜਾ ਐਲਾਈਅੰਸ ਤਾਂ ਨਹੀਂ ਹੋ ਸਕਿਆ ਸਾਡੇ ਥੋੜਾ ਜਿਹਾ ਵਰਕਰ ਤੋਂ ਦੋਨਾਂ ਪਾਰਟੀਆਂ ਦੇ ਚਾਹੁੰਦੇ ਸੀ ਕਿ ਹੋ ਜੇ ਚੰਗੀ ਗੱਲਰ ਹੋ ਤਾਂ ਸਿਆਸਤ ਦੇ ਵਿੱਚ ਕੁਝ ਵੀ ਸਕਦਾ ਹੁੰਦਾ ਸਿਆਸਤ ਇੱਕ ਇਹ ਜੀ ਚੰਦਰੀ ਖੇਡ ਹੈ ਇਹਦੇ ਵਿੱਚ ਕੁਝ ਵੀ ਹੋ ਸਕਦਾ ਹੁੰਦਾ ਮਿੱਤਰ ਦੁਸ਼ਮਣ ਬਣ ਜਾਂਦੇ ਆ ਦੁਸ਼ਮਣ ਮਿੱਤਰ ਬਣ ਜਾਂਦੇ ਆ ਪਨਾ ਸੀ ਬਣਨੀਏ ਨਾ ਮੰਨੀਏ ਜੇ ਪਾਰਟੀ ਦੀ ਹਾਰ ਹੁੰਦੀ ਹੈ ਕਿਤਨੇ ਕਿਤੇ ਪ੍ਰੋਬਲਮ ਤਾਂ ਹੁੰਦੀ ਹੈ ਪ੍ਰਫੁੱਲ ਦੇ ਇੱਕ ਹੋਰ ਵੀ ਨਾਮ ਆਉਂਦਾ ਕਹਿੰਦੇ ਚੋਣ ਬਹੁਤ ਇੱਥੇ ਮਹਿੰਗੀ ਵੀ ਹੁੰਦੀ ਹੈ ੱੱੱਕਾ ਬਹੁਤ ਹੁੰਦਾ ਕਹਿੰਦੇ ਬਲੂਕਾ ਸਾਹਿਬ ਵੀ ੱੱੱਕਾ ਕਰਦੇ ਆ ਆਪਣੇ ਸਮੇਂ ਵਿੱਚ ਤੇ ਕਹਿੰਦੇ ਕਾਂਗੜਾ ਸਾਹਿਬ ਵੀ ਕਰਦੇ ਰਹੇ ਆ ੱੱੱਕਾ ਕਹਿੰਦੇ ਬਹੁਤ ਹੁੰਦਾ ਇੱਥੇ ਲੋਕ ਸਭਾ ਚੋਣਾਂ ਨੇੜੇ ਆ ਰਹੀਆਂ ਨੇ ਤੇ ਹਰ ਇੱਕ ਸਿਆਸੀ ਪਾਰਟੀ ਨੇ ਆਪੋ ਆਪਣੀਆਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਕਈਆਂ ਨੇ ਜਿੱਥੇ ਦਲ ਬਦਲੂ ਦਾ ਟਾਈਮ ਵੀ ਚੱਲ ਰਿਹਾ ਕਿਉਂਕਿ ਵੋਟਾਂ ਦਾ ਸਮਾਂ ਲੀਡਰ ਪਾਰਟੀਆਂ ਬਦਲ ਕੇ ਦੂਜੀਆਂ ਪਾਰਟੀਆਂ ਵੱਲ ਜਾ ਰਹੇ ਨੇ ਕਿਉਂਕਿ ਬਹੁਤ ਸਾਰੇ ਲੀਡਰਾਂ ਨੂੰ ਆਪਣਾ ਨਿੱਜੀ ਸਿਆਸੀ ਫਾਇਦਾ ਦਿਸਦਾ ਹੁੰਦਾ ਇਹ ਗੱਲ ਸ਼੍ਰੋਮਣੀ ਅਕਾਲੀ ਦਲ ਦੀ ਕਰੀਏ ਤਾਂ ਸ਼੍ਰੋਮਣੀ ਅਕਾਲੀ ਦਲ ਨਾਲ ਪਹਿਲਾਂ ਐਲੈਂਸ ਦੀਆਂ ਗੱਲਾਂ ਚੱਲਦੀਆਂ ਸੀ ਭਾਜਪਾ ਦੇ ਨਾਲ ਪਰ ਐਲੈਂਸ ਨਹੀਂ ਹੋ ਸਕਿਆ ਸਿਕੰਦਰ ਸਿੰਘ ਮਲੂਕਾ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਨੇ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਾਂਗੇ ਕਿ ਕਿਹੜੇ ਕਾਰਨ ਰਹੇ ਜਿਹੜਾ ਭਾਜਪਾ ਦੇ ਨਾਲ ਗੱਠ ਜੋੜ ਨਾ ਹੋਇਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਸਰਗਰਮੀਆਂ ਕੀ ਰਹਿਣ ਵਾਲੀਆਂ ਨੇ ਕਿਉਂਕਿ ਪੰਜਾਬ ਬਚਾਓ ਯਾਤਰਾ ਵੀ ਜਿਹੜੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੱਢੀ ਜਾ ਰਹੀ ਹੈ ਤੇ ਦੂਜੇ ਪਾਸੇ ਟਿਕਟਾਂ ਦੇ ਵਿੱਚ ਵੀ ਜਿਹੜੀ ਦੇਰੀ ਹੋ ਰਹੀ ਆ ਗੱਲਬਾਤ ਉਹ ਵੀ ਕਰਾਂਗੇ ਕਿ ਜਿੱਥੇ ਭਾਜਪਾ ਕਿਉਂ ਲੇਟ ਹੋ ਰਿਹਾ ਉਹ ਗੱਲਾਂ ਵੀ ਕਰਾਂਗੇ ਤੇ ਨਾਲ ਹੀ ਪੰਜਾਬ ਦੇ ਸਿਆਸੀ ਮੁੱਦਿਆਂ ਤੇ ਹੋਰ ਵੀ ਗੱਲਬਾਤਾਂ ਕਰਾਂਗੇ ਮਲਕਤ ਸਾਹਿਬ ਸਾਡੇ ਨਾਲ ਮੌਜੂਦ ਨੇ ਮਲਕਤ ਸਾਹਿਬ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪ੍ਰਾਈਮੇਸ਼ ਮੇਰੇ ਵੱਲੋਂ ਵੀ ਤੁਹਾਨੂੰ ਤੇ ਸਾਰੇ ਪ੍ਰਾਈਮ ਏਸ਼ੀਆ ਦੀ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਜੀ ਜੀ ਆਇਆਂ ਨੂੰ ਮਲਕਤ ਸਾਹਿਬ ਨੇੜੇ ਆ ਰਹੀਆਂ ਵੋਟਾਂ ਜੀ ਸਰਗਰਮੀਆਂ ਤੁਹਾਡੀਆਂ ਵੀ ਤੇਜ਼ ਆ ਪੰਜਾਬ ਬਚਾਓ ਯਾਤਰਾ ਚੱਲ ਰਹੀ ਹੋ ਤੁਸੀਂ ਲੰਬੇ ਸਮੇਂ ਤੋਂ ਚਰਚਾ ਸੀ ਕਿ ਗੱਠਜੋੜ ਹੋ ਸਕਦਾ ਬੀਜੇਪੀ ਦਾ ਤੇ ਸ਼੍ਰੋਮਣੀ ਕਾਲੀ ਦਲ ਦਾ ਕੀ ਕਾਰਨ ਕੀ ਰਹੇ ਜਿਹੜਾ ਐਲਾਈਂਸ ਤੁਹਾਡਾ ਨਹੀਂ ਹੋ ਸਕਿਆ ਬਿਲਕੁਲ ਸਾਡੇ ਥੋੜਾ ਜਿਹਾ ਵਰਕਰ ਤੋਂ ਦੋਨਾਂ ਪਾਰਟੀਆਂ ਨੇ ਚਾਹੁੰਦੇ ਸੀ ਕਿ ਹੋ ਜੇ ਚੰਗੀ ਗੱਲ ਆ ਵੈਸੇ ਵੀ ਗੱਠ ਜੋੜ ਸਾਡਾ ਪਹਿਲਾਂ ਬੜਾ ਲੰਮਾ ਸਮਾਂ ਰਿਹਾ ਤੇ ਹੁਣ ਵੀ ਸਾਰਿਆਂ ਨੂੰ ਸੀ ਵੀ ਸ਼ਾਇਦ ਹੋ ਜਾਏਗਾ ਪਿਛਲੇ ਕਿਸਾਨੀ ਕੋਲ ਕਰਕੇ ਸਾਡਾ ਜਿਹੜਾ ਗੱਠ ਜੋੜਾ ਟੁੱਟਿਆ ਸੀਗਾ ਤੇ ਹੁਣ ਉਹ ਮਸਲੇ ਕਿਸਾਨ ਦੇ ਜਿਹੜੇ ਤਿੰਨ ਕਰੂਨ ਸੀ ਉਹ ਤਾਂ ਰਾਦੀ ਹੋ ਗਏ ਸੀ ਸਾਰੇ ਤੇ ਇਸ ਵੇਲੇ ਜਿਹੜਾ ਥੋੜਾ ਜਿਹਾ ਮਿਲ ਲੱਗਾ ਵੀ ਜਿਹੜਾ ਫਰਕ ਪਿਆ ਕੁਝ ਜਿਹੜੀਆਂ ਮਸਲੇ ਨੇ ਬੰਦੀ ਸਿੰਘਾਂ ਦੇ ਮਸਲੇ ਨੇ ਗੁਰਦੁਆਰਾਂ ਦੇ ਮਸਲੇ ਨੇ ਪਾਣੀਆਂ ਦੇ ਮਸਲੇ ਨੇ ਅਸੀਂ ਕਹਿੰਦੇ ਸੀ ਉਹਨਾਂ ਚ ਕੁਝ ਨਾ ਕੁਝ ਭਾਜਪੀ ਦੀ ਵੀ ਸਰਕਾਰ ਆ ਹੁਣ 10 ਸਾਲ ਹੋ ਗਏ ਦਿੱਲੀ ਦੇ ਵਿੱਚ ਵੀ ਕੋਈ ਨਾ ਕੋਈ ਹੱਲ ਕਰੇ ਇਹਨਾਂ ਗੱਲਾਂ ਨੂੰ ਕਿਸਾਨੀ ਮਸਲੇ ਵੀ ਉਲਝੇ ਹੋਏ ਨੇ ਵੀ ਇਹਨਾਂ ਨੂੰ ਹੱਲ ਕਰਦੇ ਤਾਂ ਫਿਰ ਸੌਖਾ ਹੋ ਜਾਂਦਾ ਨਹੀਂ ਫਿਰ ਸਾਨੂੰ ਪਿੰਡਾਂ 'ਚ ਜਾ ਕੇ ਲੋਕਾਂ ਨਾਲ ਜਵਾਬ ਦੇਣੇ ਔਖੇ ਹੋ ਜਾਂਦੇ ਨੇ ਕੁਝ ਮਤਲਬਦਾ ਸੀਟ ਸ਼ੇਅਰਿੰਗ ਦਾ ਵੀ ਥੋੜਾ ਬੋਤਾ ਫਰਕ ਸੀਗਾ ਭਾਜਪੀ ਥੋੜਾ ਜਿਆਦਾ ਵੱਧ ਮੰਗਦੀ ਸੀ ਕਾਲੀ ਦਿਲ ਘਟ ਦੇ ਕੇ ਰਾਜੀ ਸੀ ਇੱਥੇ ਵੀ ਥੋੜੇ ਜਿਹਾ ਗੱਲ ਇਹ ਦੋ ਤਿੰਨ ਗੱਲਾਂ ਕਰਕੇ ਗੱਲ ਅੜਕ ਮਸਲੇ ਜਿਹਨੂੰ ਤੁਸੀਂ ਰੱਖੇ ਮੂਰੇ ਤਾਂ ਮੁਕਰਗੇ ਨਹੀਂ ਨਾ ਕੋਈ ਮੁਕਰਨ ਵਾਲੀ ਗੱਲ ਤਾਂ ਨਹੀਂ ਹੁੰਦੀ ਜਦੋਂ ਦੋਨਾਂ ਨੂੰ ਲੱਗਿਆ ਵੀ ਹੁਣ ਨਹੀਂ ਇਹ ਹੁੰਦਾ ਫਿਰ ਉਹ ਕਾਲੀ ਦਲ ਨੇ ਵੀ ਆਪਣੀ ਆਪ ਦੀ ਵੀ ਹਿੰਮ ਪੂਰੀ ਤੇਜ਼ ਕਰ ਲਈ ਤੇ ਬੀਜਪੀ ਨੇ ਵੀ ਤੁਸੀਂ ਜਿਵੇਂ ਵੇਖਿਆ ਹੀ ਹੈ ਵੀ ਕੱਲ ਉਹਨਾਂ ਨੇ ਆਪਣੇ 6 ਕੈਂਡੀਡੇਟ ਅਨਾਉਂਸ ਹੀ ਦਿੱਤੇ ਉਤੋਂ ਫਿਰ ਪਤਾ ਲੱਗ ਜਾਂਦਾ ਹੁੰਦਾ ਵੀ ਹੁਣੇ ਸਭ ਤੁਸੀਂ ਕਹਿ ਰਹੇ ਹੋ ਕਿ ਸੀਟ ਸ਼ੇਅਰਿੰਗ ਨੂੰ ਲੈ ਕੇ ਵੀ ਉਹ ਵੱਧ ਮੰਗ ਰਹੇ ਸੀ ਕਿੰਨੀਆਂ ਕਿ ਸੀਟਾਂ ਦਾ ਫਰਕ ਲੱਗਦਾ ਸੀ ਮੈਂ ਵਿਚ ਨਹੀਂ ਉਸ ਗੱਲ ਦੇ ਵਿੱਚ ਕਿਉਂਕਿ ਮੈਂ ਕਹਾਂ ਤਾਂ ਪ੍ਰਧਾਨ ਜੀ ਨੂੰ ਹੀ ਪਤਾ ਹੋ ਸਕਦਾ ਦੋਨਾਂ ਪਾਰਟੀਆਂ ਦੇ ਨੂੰ ਸੀਨੀਅਰ ਜਿਹੜੇ ਹੈਗੇ ਆ ਮੈਨੂੰ ਇਹ ਨਹੀਂ ਪਤਾ ਵੀ ਕਿੰਨੀਆਂ ਕਿ ਸੀਟਾਂ ਦੇ ਰੋਲੇ ਦੇ ਕਰਕੇ ਗੱਲ ਖੜੀ ਹੈ ਪਰ ਸਿ ਹਮੇਸ਼ਾ ਜ਼ਰੂਰ ਸੀਟਾਂ ਦੀ ਹੈ ਪ੍ਰੋਬਲਮ ਸਭਾਵਨਾ ਹੈ ਹੋ ਸਕਦਾ ਜਾਂ ਹੁਣ ਲੱਗਦਾ ਕਿ ਕਲੀਅਰ ਹਰ ਸਦ ਦੇ ਵਿੱਚ ਤੱਕ ਹਰ ਚੀਜ਼ ਸੰਭਵ ਹੁੰਦੀ ਹੈ ਸਿਆਸਤ ਦੇ ਵਿੱਚ ਨਈ ਮਾਲਵੇ ਦੇ ਵਿੱਚ ਨਹੀਂ ਲੰਨੀਆਂ ਜਿੱਥੇ ਅਕਾਲੀ ਦਲ ਦੀ ਚੰਗੀ ਪੈ ਹੈ ਸਿਆਸਤ ਦੇ ਵਿੱਚ ਨਈ ਫਰੀਦਕੋਟ ਵੀ ਮਾਲਵੇ ਦੀ ਬੜੀ ਅਕਾਲੀ ਦਲ ਦੀ ਸੀਟ ਹੈ ਲੁਧਿਆਣਾ ਵੀ ਮਾਲਵੇ ਦੀ ਅਕਾਲੀ ਦਲ ਦੀ ਸੀਟ ਹੀ ਹੈ ਪਟਿਆਲਾ ਵੀ ਮਾਲਵੇ ਦੀ ਅਕਾਲੀ ਦਲ ਦੀ ਸੀਟ ਹੀ ਹੈ ਉਹ ਨਹੀਂ ਹੁੰਦਾ ਸਿਆਸਤ ਦੇ ਵਿੱਚ ਕੁਝ ਵੀ ਹੋ ਸਕਦਾ ਮੰਨ ਲਓ ਦੋਨੇ ਪਾਰਟੀਆਂ ਇਲੈਕਸ਼ਨ ਲੜ ਰਹੀਆਂ ਜਿਨ੍ਹਾਂ ਨੂੰ ਲਾਸਟ ਮੂਮੈਂਟ ਤੇ ਪਤਾ ਲੱਗ ਜਾਂਦਾ ਕਿ ਸਾਨੂੰ ਫਾਇਦਾ ਨਹੀਂ ਹੋ ਰਿਹਾ ਦੋਨਾਂ ਨੂੰ ਆਰਡਰ ਤੇ ਚਲੋ ਆਪਾਂ ਹੁਣ ਵੀ ਕਈ ਵਾਰੀ ਉਸ ਇਹ ਜਿਹੀ ਸਥਿਤੀਆਂ ਵੀ ਆ ਜਾਂਦੀਆਂ ਮੌਕੇ ਤੇ ਆ ਕਿ ਵਿਦਰਾ ਹੋ ਜਾਂਦੇ ਨੇ ਉਮੀਦਵਾਰ ਪਰ ਹੁਣ ਕਿਹੜਾ ਸਮਝੌਤੇ ਦੀ ਕੋਈ ਸੰਭਾਵਨਾ ਮੇਰੀ ਸਭ ਚ ਹੈ ਨਹੀਂ ਮਤਲਬ ਜੇ ਹੋ ਵੀ ਸਕਦਾ ਹੈ ਕਲੀਅਰ ਨਹੀਂ ਹੈਗਾ ਹੋ ਤਾਂ ਸਿਆਸਤ ਦੇ ਵਿੱਚ ਕੁਝ ਵੀ ਸਕਦਾ ਹੁੰਦਾ ਹੈ ਸਿਆਸਤ ਇੱਕ ਇਹ ਜੀ ਚੰਦਰੀ ਖੇਡ ਹੈ ਇਹਦੇ ਵਿੱਚ ਕੁਝ ਵੀ ਹੋ ਸਕਦਾ ਹੁੰਦਾ ਹੈ ਮਿੱਤਰ ਦੁਸ਼ਮਣ ਬਣ ਜਾਂਦੇ ਆ ਦੁਸ਼ਮਣ ਮਿੱਤਰ ਬਣ ਜਾਂਦੇ ਆ ਸੋ ਇਸ ਕਰਕੇ ਇਹਦੇ ਵਿੱਚ ਕੁਝ ਵੀ ਹੋ ਸਕਦਾ ਹੁੰਦਾ ਹੈ ਇਹ ਲੋਕਾਂ ਸਭ ਤੁਸੀਂ ਵੀ ਬੜੇ ਪੁਰਾਣੇ ਜਿਹੜੇ ਆਗੂ ਹੋ ਕੀ ਲੱਗਦਾ ਤੁਹਾਨੂੰ ਅੱਜ ਕੱਲ ਜਿਹੜੀ ਸਿਆਸਤ ਵੱਲ ਦੇਖਦੇ ਆਂ ਅੱਜ ਕੱਲ ਇੱਕ ਲੀਡਰ ਸਵੇਰੇ ਤਾਂ ਕਿਸੇ ਹੋਰ ਪਾਰਟੀ 'ਚ ਹੁੰਦਾ ਸ਼ਾਮ ਨੂੰ ਜਾਂਦਾ ਜਾਂਦਾ ਹੋਰ ਕਿਸੇ ਪਾਰਟੀ 'ਚ ਲੱਜਾਂਦਾ ਜਿਹੜਾ ਦਲ ਬਦਲੂਆਂ ਦਾ ਰੁਝਾਨ ਹੁਣ ਥੋੜਾ ਜਿਆਦਾ ਨਹੀਂ ਵੱਧ ਗਿਆ ਲੋਕ ਭਰੋਸਾ ਕੀ ਕਰਨ ਲੋਕਾਂ ਨੇ ਇੱਕ ਭਰੋਸਾ ਕੀਤਾ ਹੁੰਦਾ ਪਾਰਟੀ 'ਤੇ ਪਰ ਆਗੂ ਇੱਕ ਦਿਨ ਨਹੀਂ ਲਾਉਂਦਾ ਥੋੜੇ ਘੰਟਿਆਂ ਬਾਅਦ ਹੀ ਪਾਰਟੀ ਚੇਂਜ ਕਰ ਲੈਂਦਾ ਲੱਗਦਾ ਕਿ ਤੁਹਾਨੂੰ ਇਹ ਮਿਆਰ ਜਿਹੜਾ ਸਿਆਸਤ ਦਾ ਇਹਨਾਂ ਕਿਉਂ ਸਿੱਟ ਲਿਆ ਅਸਰ ਜਿਹੜੀ ਹੈਗੀ ਨਾ ਸਿਆਸਤ ਦੀ ਜਿਹੜੀ ਹੁਣ ਪਿਛ ਸਿਆਸਤ ਦੀ ਜਿਹੜੀ ਚਮਕ-ਦਮਕ ਜ਼ਿਆਦਾ ਹੋ ਗਈ ਹੈ ਸਿਆਸਤ ਵਾਲੇ ਲੋਕ ਆਪਣੇ ਆਪ ਨੂੰ ਬੜੇ ਹਾਈਲਾਈਟ ਕਰਨ ਲੱਗੇ ਆਉਂਦੇ ਹੀ ਵੱਡੀਆਂ-ਵੱਡੀਆਂ ਗੱਡੀਆਂ ਲੈ ਲੈਂਦੇ ਆ ਵੱਡੀਆਂ-ਵੱਡੀਆਂ ਕੋਠੀਆਂ ਪਾ ਲੈਂਦੇ ਆ ਬੜਾ ਕੁਝ ਕਰਦੇ ਨੇ ਉਹ ਦਿਖਾਵਾ ਵੇਖ ਕੇ ਫਿਰ ਜਿਹੜੇ ਆਮ ਲੋਕ ਆ ਥੱਲੇ ਜਿਹੜੇ ਉਹਨਾਂ ਦੇ ਨਾਲ ਹੁੰਦੇ ਆ ਉਹਨਾਂ ਦੇ ਸਹਾਇਕ ਹੁੰਦੇ ਆ ਜੇ ਦੋਸਤ ਮਿੱਤਰ ਹੁੰਦੇ ਆ ਉਹਨਾਂ ਦੇ ਮਨ 'ਚ ਵੀ ਲਾਲਸਾ ਆਉਂਦੀ ਹੈ ਇਸ ਕਰਕੇ ਹੁਣ ਪਹਿਲਾਂ ਤਾਂ ਸਿਆਸਤ ਹੁੰਦੀ ਸੀ ਸੇਵਾ ਕਰਨ ਦੀ ਸਾਰੀ ਜਿਹੜੀ 10 ਸਾਲ ਪਹਿਲਾਂ ਸਿਆਸਤ ਸੀ ਨਾ ਉਹ ਸਿਆਸਤ ਸੇਵਾ ਕਰਨੀ ਹੁੰਦੀ ਸੀ ਵੀ ਆਪਾਂ ਸੇਵਾ ਕਰਨੀ ਆ ਕੋਈ ਲਾਲਚ ਨਹੀਂ ਕਰਨੇ ਹੁਣ ਜਿਹੜੀ ਸਿਆਸਤ ਆ ਗਈ ਜੇ ਸੱਚ ਪੁੱਛੋ ਤਾਂ ਇਹ ਗੱਲ ਬਿਲਕੁਲ ਠੀਕ ਹੈ ਹੁਣ ਸਿਆਸਤ ਆ ਗਈ ਸਿਆਸਤ ਨੂੰ ਜਿਹੜਾ ਪੋਲੀਟੀਕਲ ਬੰਦੇ ਨੇ ਵੀ ਵਪਾਰ ਬਣਾ ਲਿਆ ਵੀ ਸਿਆਸਤ ਦੇ ਵਿੱਚੋਂ ਕੁਝ ਖੱਟਣ ਜਾਣਾ ਹੈ ਕੁਝ ਲਾਲਚ ਲੈਣਾ ਹੈ ਕੁਝ ਪ੍ਰਾਪਤੀਆਂ ਕਰਦੀਆਂ ਨੇ ਇਸ ਕਰਕੇ ਵੀ ਮੈਨੂੰ ਲੱਗਦਾ ਵੀ ਜਿਹੜੀ ਆ ਜਿਆਦੇ ਜਿਹੜਾ ਰੌਲਾ ਹੋ ਰਿਹਾ ਦਰ ਬਦਲੀਆਂ ਦਾ ਹੋਰ ਲਟਣ ਬਟਲ ਜਿਹੜਾ ਚੱਲ ਰਿਹਾ ਹੈ ਜਾਂ ਛੇਤੀ ਇੱਕ ਦੂਜੇ ਦਾ ਸਾਥ ਛੱਡ ਜਾਂਦੇ ਆ ਲੋਕ ਇਹਦਾ ਕਾਰਨ ਵੀ ਹੈਗਾ ਕਿ ਸਿਆਸਤ ਨੂੰ ਵਪਾਰ ਸਮਝਣ ਲੱਗ ਗਏ ਲੋਕ ਜਿਹੜਾ ਕਿ ਮਾੜੀ ਗੱਲ ਹੈ ਮੁਲਕਾ ਸਾਹਿਬ ਤੁਸੀਂ ਕਿਹਾ ਕਿ ਸਿਆਸਤ ਦੇ ਵਿੱਚ ਕੁਝ ਵੀ ਹੋ ਸਕਦੇ ਨੇ ਵਿੱਚ ਕੁਝ ਵੀ ਸੋਚ ਕੇ ਨਹੀਂ ਚੱਲਿਆ ਜਾਂਦਾ ਤੁਹਾਡਾ ਐਨਡੀਏ ਦੇ ਨਾਲ ਅਲੈਂਸ ਨਹੀਂ ਹੋ ਸਕਿਆ ਤਾਂ ਇੱਕ ਇੰਡੀਆ ਗੱਠ ਜੋੜ ਵੀ ਬਣਿਆ ਜਿਹੜੇ ਕਹਿੰਦੇ ਕਿ ਅਸੀਂ ਬੀਜੇਪੀ ਦਾ ਰਥ ਰੋਕਣਾ ਹੈ ਤਾਂ ਕੀ ਲੱਗਦਾ ਤੁਹਾਨੂੰ ਇੰਡੀਆ ਗੱਠ ਜੋੜ ਦਾ ਵੀ ਹਿੱਸਾ ਬਣ ਸਕਦਾ ਹੈ ਬੀਜੇਪੀ ਦਾ ਗੱਠ ਜੋੜ ਤਾਂ ਸਾਡਾ ਹੋ ਰਹੀ ਸਕਦਾ ਕਾਂਗਰਸ ਪਾਰਟੀ ਹੈ ਜਿੱਥੇ ਉੱਥੇ ਕਿਉਂਕਿ ਕਾਂਗਰਸ ਨੇ ਹਰਮੰਦਰ ਸਾਹਿਬ ਤੇ ਹਮਲਾ ਕੀਤਾ ਹਜ਼ਾਰਾਂ ਕਤਲਾਮ ਦਿੱਲੀ ਦੇ ਵਿੱਚ ਸਿੱਖਾਂ ਦਾ ਕਤਲਾਮ ਕੀਤਾ ਪੰਜਾਬੀਆਂ ਦਾ ਕਤਲਾਮ ਕੀਤਾ ਕਾਂਗਰਸ ਪਾਰਟੀ ਨਾਲ ਸਾਡਾ ਅਲਾਈਅੰਸ ਅਕਾਲੀ ਦਲ ਦਾ ਹੋ ਨਹੀਂ ਸਕਦਾ ਉੱਥੇ ਮੇਨ ਪਾਰਟੀ ਕਾਂਗਰਸ ਹੈ ਕਾਂਗਰਸ ਨਾਲ ਨਹੀਂ ਹੋ ਸਕਦਾ ਸਾਡਾ ਕਿਸੇ ਵੀ ਕੀਮਤ ਤੇ ਮੁਲਕਾ ਸਾਹਿਬ ਤੁਸੀਂ ਤੁਹਾਡੇ ਏਰੀਆ ਦੇ ਵਿੱਚ ਵੀ ਪੰਜਾਬ ਚੋਂ ਯਾਤਰਾਈ ਹੈ ਲੱਗਦਾ ਕਿ ਤੁਹਾਨੂੰ ਕਿੰਨਾ ਇੱਕ ਵਰਕਰ ਕਾਫੀ ਨਿਰਾਸ਼ਾ ਦੇ ਵਿੱਚ ਸੀ ਕਿਉਂਕਿ ਕਾਫੀ ਸਮਾਂ ਹੋ ਗਿਆ ਤੁਹਾਨੂੰ ਸਿਆਸਤ ਤੋਂ ਲੰਬੇ ਹੋਇਆ ਨੂੰ ਹੁਣ ਦੁਬਾਰੇ ਕੋਸ਼ਿਸ਼ ਤੁਹਾਡੇ ਵੱਲੋਂ ਕੀਤੀ ਜਾ ਰਹੀ ਹੈ ਪੁਰਾਣੇ ਸਾਥੀ ਵੀ ਤੁਹਾਡੇ ਕੁਝ ਵਾਪਸ ਆ ਰਹੇ ਆ ਅੱਗੇ ਕੀ ਸਰਗਰਮੀਆਂ ਰਹਿਣ ਵਾਲੀਆਂ ਸ੍ਰੋਮਣੀ ਅਕਾਲੀ ਦਲ ਦੀਆਂ ਕਿਉਂਕਿ ਕਾਫੀ ਮਿਆਰ ਡਿੱਗਿਆ ਤੁਹਾਡਾ ਸਿਆਸਤ ਬਖੋ ਆਪਾ ਦਿੱਖੀ ਨਹੀਂ ਵੇਖੋ ਪਾਰਟੀ ਦੀ ਡਾਊਨਫਾਲਟ ਤਾਂ ਆਈ ਹੈ ਕੋਈ ਰੌਲਾ ਨਹੀਂ 2017 ਚ ਸਾਡੀਆਂ 18 ਸੀਟਾਂ ਸੀ 2022 ਦੇ ਵਿੱਚ ਆ ਕੇ 4 ਰਹਿ ਗਈਆਂ ਸੋ ਘਟਿਆ ਤਾਂ ਹੈਗਾ ਉਹ ਗ੍ਰਾਫ ਤਾਂ ਪਾਰਟੀ ਦਾ ਡਿੱਗਿਆ ਇਹਦੇ ਵਿੱਚ ਕੋਈ ਜਮੈਂ ਮੁਕਰਾ ਤਾਂ ਮੇਰੇ ਮੁਕਰਨਾ ਕਿਹੜਾ ਕੋਈ ਮਸਲਾ ਹੱਲ ਹੋ ਜਾਣਾ ਸੋ ਹੁਣ ਮੈਨੂੰ ਲੱਗਦਾ ਵੀ ਦੁਬਾਰਾ ਫੇਰ ਲੋਕਾਂ ਦਾ ਜਿਹੜਾ ਝੁਕਾਅ ਹੈ ਉਹ ਅਕਾਲੀ ਦਲ ਵੱਲ ਹੋਣਾ ਸ਼ੁਰੂ ਹੋਇਆ ਹੈ ਇਹ ਯਾਤਰਾ ਦੇ ਵਿੱਚ ਹੀ ਸਾਨੂੰ ਪਤਾ ਲੱਗਿਆ ਅਸਲ ਤਾਂ ਹੁਣ ਜਦੋਂ ਯਾਤਰਾ ਆਪਣੇ ਖਰਚੇ ਤੇ ਆਏ ਨੇ ਆਪਣੇ ਤੇਲ ਪਾਣੀ ਤੇ ਟਰੈਕਟਰ ਲੈ ਕੇ ਆਏ ਨੇ ਮੋਟਰਸਾਈਕਲ ਲੈ ਕੇ ਆਏ ਨੇ ਕਾਰਾਂ ਜੀਪਾਂ ਲੈ ਕੇ ਆਏ ਨੇ ਨਾਲ ਨਾਲ ਜਦੋਂ ਯਾਤਰਾ ਅਸੀਂ ਕਰ ਰਹੇ ਸੀ ਨਾ ਇੱਥੋਂ ਭਗਤੇ ਤੋਂ ਲੈ ਕੇ ਮੋੜ ਮੰਡੀ ਤੱਕ ਜਿੰਨੀ ਪਬਲ ਕਾਰੀ ਸੀ ਅਸਲ ਪਤਾ ਉੱਥੋਂ ਲੱਗਦਾ ਹੁੰਦਾ ਜਦੋਂ ਲੋਕ ਆਮ ਲੋਕ ਟੂ ਵੈਲਾਂ ਦੇ ਮੋਟਰਾਂ ਤੇ ਝੰਡੇ ਲਾਉਣ ਲੱਗ ਜਾਣ ਆਪਦੇ ਸਾਈਕਲਾਂ ਤੇ ਲਾਉਣ ਲੱਗ ਜਾਣ ਆਪਦੇ ਮੋਟਰਸਾਈਕਲਾਂ ਤੇ ਲਾਉਣ ਲੱਗ ਜਾਣ ਰੇੜੀਆਂ ਤੇ ਲਾਉਣ ਲੱਗ ਜਾਣ ਟਰੱਕਾਂ ਟਰਾਲੀਆਂ ਤੇ ਲਾਉਣ ਲੱਗ ਜਾਣ ਉਦੋਂ ਗੇਲੋ ਪਾਰਟੀ ਦੀ ਹਵਾ ਹੁੰਦੀ ਹੈ ਜਦੋਂ ਅਸੀਂ ਕੱਲ ਜਾ ਰਹੇ ਸੀ ਨਾ ਪਰਸੋਂ ਉਧਰ ਨੂੰ ਮੋੜ ਮੰਡੀ ਵੱਲ ਨੂੰ ਉਦੋਂ ਜਿੰਨੇ ਸਾਨੂੰ ਪਬਲਿਕ ਉਦੋਂ ਮੂਹਰੋਂ ਆ ਰਹੀ ਸੀ ਕੋਈ ਟਰੱਕ ਤੇ ਕੋਈ ਬੱਸ ਤੇ ਕੋਈ ਖੱੱਚੇ ਰੇੜੇ ਤੇ ਕੋਈ ਟਰਾਲੀ ਤੇ ਕੋਈ ਮੋਟਰਸਾਈਕਲ ਤੇ ਕੋਈ ਤੁਰੇ ਵੀ ਸੀ ਤੇ ਲੋਕੀ ਘਰਾਂ ਤੋਂ ਬਾਹਰ ਨਿਕਲ ਕੇ ਆਏ ਘਰਾਂ ਤੋਂ ਬਾਹਰ ਵੀ ਲੋਕ ਉਦੋਂ ਨਿਕਲਦੇ ਜਦੋਂ ਕਿਸੇ ਪਾਸੇ ਦਿਲਚਸਪੀ ਬਣ ਜੇ ਲੋਕਾਂ ਨੇ ਐਵੇਂ ਆਉਂਦੇ ਨਹੀਂ ਜੋਰ ਲਾ ਲੋ ਤੇ ਕਈ ਵਾਰੀ ਅਸੀਂ ਸਸਰੀਕਾਲ ਕਰ ਦਿੰਨੇ ਹਾਂ ਮੂਰਲਾ ਸਸਰੀਕਾਲ ਸੁਣਦਾ ਹੀ ਨਹੀਂ ਸਾਡੀ ਤੇ ਜਾਂ ਐਂ ਕਰ ਦਿੰਦਾ ਵੀ ਨਹੀਂ ਮੈਂ ਨਹੀਂ ਮੰਨਦਾ ਤੇਰੀ ਸਸਰੀਕਾਲ ਇਹ ਗੱਲ ਕੱਲ ਉਲਟ ਸੀ ਏਦੋ ਪਰਸੋ ਵਾਲੀ ਜਿਹੜੀ ਯਾਤਰਾ ਸੀ ਨਾ ਉਹਦੇ ਚ ਉਲਟ ਸੀ ਉਹਦੇ ਚ ਅਸੀਂ ਸਸਰੀਕਲ ਜਦੋਂ ਬਲੋ ਸਾਥੋਂ ਪਹਿਲਾਂ ਹੀ ਲੋਕੀ ਆਇਆ ਕਰਦੇ ਸੀ ਵੀ ਵੈਲਕਮ ਕਰਦੇ ਸੀਗੇ ਸਾਡੇ ਬੱਸਾਂ ਦੇ ਵਿੱਚ ਨੌਜਵਾਨ ਬੱਚੇ ਬੱਚੀਆਂ ਟਰੱਕ ਆਲਾ ਆਉਂਦਾ ਸੀ ਕੋਈ ਉਹ ਰੋਕ ਕੇ ਕੋਈ ਮੋਟਰਸਾਈਕਲ ਵਾਲਾ ਆਉਂਦਾ ਸੀ ਉਹ ਰੋਕ ਕੇ ਕੋਈ ਕਾਰ ਵਾਲਾ ਆਉਂਦਾ ਸੀ ਉਹ ਰੋਕ ਕੇ ਲੋਕੀ ਘਰਾਂ ਤੋਂ ਬਾਹਰ ਨਿਕਲ ਕੇ ਯਾਤਰਾ ਦਾ ਸਵਾਗਤ ਕੀਤਾ ਇੱਥੋਂ ਪਤਾ ਲੱਗਦਾ ਕਿ ਲੋਕਾਂ ਦਾ ਚੁਕਾਇਆ ਜਿਹੜਾ ਹੁਣ ਉਹ ਥੋੜਾ ਕਾਲੀ ਦਲਬਲ ਵਧਿਆ ਹ ਹਮ ਲੋਕਾ ਸਾਹਿਬ ਤੁਸੀਂ ਕਿਹਾ ਕਿ ਡਾਊਨ ਫਾਲ ਆਇਆ ਪਰ ਟੀ ਕਾਫੀ ਥੱਲੇ ਗਈ ਹੈ ਕਾਰਨ ਜਿਹੜੇ ਸੀਗੇ ਤੁਸੀਂ ਅ ਬੈਠ ਕੇ ਵਿਚਾਰੇ ਇਤੇ ਕੀ ਲੱਗਦਾ ਜਿਹਨੇ ਗਲਤੀਆਂ ਤੁਸੀਂ ਮੰਨਦੇ ਹੋ ਕਿ ਹੋਈਆਂ ਅਕਾਲੀ ਦਲ ਤੋਂ ਜਿਹੜੀ ਇੰਨੀ ਪੁਰਾਣੀ ਪਾਰਟੀ ਸੀ ਸਰਕਾਰ ਰਹੀ ਪੰਜ ਵਾਰੀ ਮਾਦਰਾ ਸਾਹਿਬ ਮੁੱਖ ਮੰਤਰੀ ਬਣਦੇ ਆ ਤੇ ਇੱਕੇ ਦਾ ਮੈਨਾ ਗਰਾਫ ਪਾਰਟੀ ਦਾ ਡਿੱਗਦਾ ਇਤੇ ਮੰਥਨ ਕੀਤਾ ਹੋਈ ਗੱਲ ਵੇਖੋ ਪਨਾਸੀਂ ਮੰਨੀਏ ਨਾ ਮੰਨੀਏ ਜੇ ਪਾਰਟੀ ਦੀ ਹਾਰ ਹੁੰਦੀ ਹੈ ਕਿਤੇ ਨਾ ਕਿਤੇ ਪ੍ਰੋਬਲਮ ਤਾਂ ਹੁੰਦੀ ਹੈ ਜਿਹੜੀ ਪਾਰਟੀ ਦੀ ਐਡੀ ਵੱਡੀ ਹਾਰ ਹੁੰਦੀ ਹੈ ਜਿਹੜੀ ਪਾਰਟੀ ਦੀ ਅਜ ਤੱਕ ਕਦੇ ਹੋਈ ਨਹੀਂ ਸੀ ਜਿਹੜੀ ਪਿਛਲੀ ਦੋ ਵਾਰੀਆਂ ਚ ਹੋਈ 17 ਚ ਹੋਈ ਤੇ 22 ਚ ਹੋਈ ਇਹ ਪਹਿਲਾਂ ਇੰਨੀ ਕਦੇ ਮਾੜੀ ਹਾਲਾਤ ਸਿੱਖਿਆਲ ਦਲ ਦੀ ਨਹੀਂ ਸੀ ਹੋਈ ਅਜ ਤੱਕ ਜੇ ਹੋਈ ਹੈ ਤਾਂ ਕਿਤੇ ਨਾ ਕਿਤੇ ਗਲਤੀਆਂ ਤਾਂ ਸਾਥੋਂ ਹੋਈਆਂ ਹੀ ਹੋਣਗੀਆਂ ਜਿਹੜੀਆਂ ਲੋਕਾਂ ਨੂੰ ਸਾਡੀਆਂ ਗੱਲਾਂ ਨਹੀਂ ਪਸੰਦ ਆਈਆਂ ਤਾਂ ਹੀ ਸਾਨੂੰ ਇੰਨੀ ਮਾਰ ਪਈ ਨਹੀਂ ਇੰਨੀ ਮਾਰ ਕਿਉਂ ਪੈਂਦੀ ਸਾਨੂੰ ਉਹ ਮੰਨ ਗਏ ਅਸੀਂ ਨਾ ਮੰਨ ਗਏ ਕਿਤੇ ਨਾ ਕਿਤੇ ਗਲਤੀਆਂ ਤਾਂ ਹੋਈਆਂ ਹੀ ਨੇ ਮੁਲਕਾ ਸਾਹਿਬ ਇੰਡੀਆ ਗੱਠਜੋੜ ਵੱਲੋਂ ਅੱਜ ਜਿਹੜਾ ਦਿੱਲੀ ਦੇ ਵਿੱਚ ਪ੍ਰੋਟੈਸਟ ਕੀਤਾ ਜਾ ਰਿਹਾ ਕਹਿੰਦੇ ਕਿ ਲੋਕਤੰਤਰ ਖਤਰੇ ਦੇ ਵਿੱਚ ਆ ਸਾਡੇ ਲੀਡਰਾਂ ਤੇ ਈਡੀ ਦੀਆਂ ਰੇਡਾਂ ਮਾਰਾਈਆਂ ਜਾ ਰਹੀਆਂ ਨੇ ਕੀ ਲੱਗਦਾ ਤੁਹਾਨੂੰ ਵੈਸੇ ਚਲੋ ਮੈਂ ਤਾਂ ਕੋਈ ਇੰਡੀਆ ਗੱਠਜੋੜ ਦਾ ਮੇਰਾ ਕੋਈ ਸਵੰਦ ਤਾਂ ਹੈ ਨਹੀਂਗਾ ਵੈਸੇ ਈਡੀ ਦੀ ਲਾਲਾ ਲਾਲਾ ਤਾਂ ਚੱਲਦੀ ਹੈ ਇਹਦੇ 'ਚ ਕੋਈ ਰੌਲਾ ਹੀ ਨਹੀਂ ਈਡੀ ਦੀ ਚੱਲਦੀ ਹੈ ਸੱਚ ਚੱਲਦੀ ਹੈ ਝੂਠ ਚੱਲਦੀ ਹੈ ਤੇ ਜਵਾਬ ਈਡੀ ਵਾਲੇ ਦੇ ਸਕਦੇ ਹੁੰਦੇ ਆ ED ਕਨਫੋਰਸਮੈਂਟ ਡਾਇਰੈਕਟਰੋਟ ਹੈਗਾ ਜੇ ਕੋਈ ਗੜਬੜਾ ਕਰਦਾ ਹੈ ਕੋਈ ਗਲਤ ਪੈਸੇ ਦੀ ਵਰਤੋਂ ਕਰਦਾ ਹੈ ਕੋਈ ਨਜਾਇਜ਼ ਕਮਾਈ ਕਰਕੇ ਗਲਤ ਉਹਦੀ ਵਰਤੋਂ ਕਰਦਾ ਹੈ ਉਹਨੂੰ ED ਚੈੱਕ ਕਰਦੀ ਹੈ ਤੇ ਵਿਰੋਧੀ ਧਿਰ ਨੂੰ ਵੀ ਡਰਨਾ ਨਹੀਂ ਚਾਹੀਦਾ ਜੇ ਉਹਨਾਂ ਨੇ ਕੁਝ ਕੀਤਾ ਹੀ ਨਹੀਂ ਤਾਂ ਫਿਰ ED ਕੀ ਕਰ ਦੂਗੀ ਉਹਨਾਂ ਨੂੰ ਤੇ ਜੇ ਉਹਨਾਂ ਨੇ ਕੁਝ ਕੀਤਾ ਤਾਂ ਫਿਰ ਉਹਨਾਂ ਨੂੰ ਉਹਦਾ ਜਵਾਬ ਵੀ ਦੇਣਾ ਪਊਗਾ ਸੋ ਸਰਕਾਰ ਜ਼ਰੂਰ ਕਰਦੀ ਹੁੰਦੀ ਹੈ ਥੋੜਾ ਬਹੁਤ ਤਾਂ ਤਦਾਦ ਦੇ ਦੌਕੇ ਸ਼ਬਕੇ ਚਲਾਉਂਦੀ ਹੁੰਦੀ ਹੈ ਦੂਜਿਆਂ ਦੇ ਉੱਤੇ ਤੇ ਦੂਜਿਆਂ ਨੂੰ ਜੇ ਥੋੜੀ ਤੁਸੀਂ ਨਹੀਂ ਕੋਈ ਗਲਤ ਕੰਮ ਕੀਤਾ ਤੇ ਮੇਰੀ ਸਮਝ ਫਿਰ ਡਰਨਾ ਨਹੀਂ ਚਾਹੀਦਾ ਜੇ ਗਲਤ ਕੰਮ ਕੀਤਾ ਤਾਂ ਫਿਰ ਭੁਗਤਣਾ ਲੁਕਾ ਸਭ ਹਰ ਇੱਕ ਪਾਰਟੀ ਦੇ ਵਿੱਚ ਧੜੇਬੰਦੀ ਹੁੰਦੀ ਆ ਹਰ ਇੱਕ ਪਾਰਟੀ ਦੇ ਵਿੱਚ ਬਾਗੀ ਵੀ ਹੁੰਦੇ ਆ ਤੁਹਾਡੀ ਪਾਰਟੀ ਦੇ ਵਿੱਚ ਪਿਛਲੇ ਸਮੇਂ ਦੇ ਵਿੱਚ ਦੇਖੀਏ ਤਾਂ ਕਾਫੀ ਸਿਆਸਤ ਤੁਹਾਡੇ ਸ਼੍ਰੋਮਣੀ ਅਕਾਲੀ ਦਲ ਤੋਂ ਬਾਗੀ ਹੋ ਕੇ ਕਈ ਲੋਕ ਅਲੱਗ ਵੀ ਹੋਏ ਬਾਅਦ ਵਿੱਚ ਵਾਪਸ ਵੀ ਆਏ ਹੁਣ ਵੀ ਮਨਪ੍ਰੀਤ ਜੱਲੀ ਜਿਹੜੇ ਅਲੱਗ ਇੱਕ ਸੋਰ ਰੱਖਦੇ ਨੇ ਤਾਂ ਕੀ ਲੱਗਦਾ ਤੁਹਾਨੂੰ ਜਿਹੜੇ ਬਗਾਵਤ ਪਾਰਟੀ ਦੇ ਵਿੱਚ ਆ ਦੁਬਾਰਤ ਸਾਰੇ ਸ਼੍ਰੋਮਣੀ ਅਕਾਲੀ ਦਲ ਇਕੱਠਾ ਹੋਊ ਉਹਦਾ ਕਾਰਨ ਇਹੀ ਸੀਗਾ ਜਿਹੜੇ ਕੁਝ ਬੰਦੇ ਗਏ ਰੁਸਕੇ ਕੁਝ ਕਾਰਨ ਸੀ ਜਿਵੇਂ ਢੀਂਟਸਾ ਸਾਹਿਬ ਦਾ ਗਰੁੱਪ ਗਿਆ ਸਾਰਾ ਉਹ ਇਸ ਕਰਕੇ ਗਏ ਸੀ ਕਿ ਪਾਰਟੀ ਦੇ ਜਿਹੜੀ ਡਾਊਨਫਾਲ ਆਈ ਹੈ ਦੀ ਜ਼ਿੰਮੇਵਾਰੀ ਪ੍ਰਧਾਨ ਲਵੇ ਤੇ ਪ੍ਰਧਾਨ ਪ੍ਰਧਾਨਗੀ ਛੱਡੇ ਇਹ ਸੀਗਾ ਸਾਡੀ ਸਾਰਿਆਂ ਦੀ رائے ਸੀ ਕਿ ਕਲੈਕਟਿਵ ਜ਼ਿੰਮੇਵਾਰੀ ਇਹ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ ਆਪਾਂ ਸਾਰੇ ਸੁੱਖ ਵੀ ਸਾਂਝਾ ਲੈਣੇ ਤੇ ਦੁੱਖ ਵੀ ਸਾਂਝੇ ਚੱਲੋ ਚਲੋ ਵੱਖਰੇ ਹੋ ਗਏ ਉਹਨਾਂ ਦੀ ਮਰਜ਼ੀ ਆ ਆਪਾਂ ਕੀ ਕਹਿ ਸਕਦੇ ਹੁੰਨੇ ਆ ਬੀਬੀ ਜ਼ਗੀਰ ਕੁਰ ਸ਼੍ਰੋਮਣੀ ਕਮੇਟੀ ਦੀ ਚੋਣ ਲੜਨੀ ਚਾਹੁੰਦੀ ਸੀ ਪ੍ਰਧਾਨਗੀ ਦੀ ਅਸੀਂ ਕਿਹਾ ਅਸੀਂ ਪਾਰਟੀ ਫੈਸਲਾ ਜੋ ਕਰੂਗੇ ਉਹ ਮੰਨੋ ਚਲੋ ਬੀਬੀ ਜੀ ਅੱਡ ਹੋ ਗਏ ਹੁਣ ਦੋਨਾਂ ਨੇ ਸਾਰਿਆਂ ਨੇ ਸੋਚ ਲਿਆ ਕਿ ਇਕੱਠਿਆਂ ਮਰੋਂ ਗੁਜ਼ਾਰਾ ਨਹੀਂ ਸੋ ਹੁਣ ਸਾਰੇ ਇਕੱਠੇ ਹੋ ਗਏ ਚੰਗੀ ਗੱਲ ਹੋਈ। ਮੁੱਦੇ ਛੱਡ ਤੇ ਜਿਹੜੇ ਕਹਿ ਰਹੇ ਸੀ ਕਿ ਪ੍ਰਧਾਨਗੀ ਪ੍ਰਧਾਨਗੀ ਛੱਡਣੀ ਚਾਹੀਦੀ ਸੁਖਵੀਰ ਬਦਲੋ। ਮੁੱਦੇ ਵੇਖੋ ਮੁੱਦੇ ਤਾਂ ਛੱਡੇ ਹੀ ਗਏ ਤਾਂ ਹੀ ਇਕੱਠੇ ਹੋਏ ਆ ਜੇ ਮੁੱਦੇ ਉਹ ਨਾ ਛੱਡਦੇ ਫਿਰ ਤੇ ਇਕੱਠੇ ਨਹੀਂ ਸੀ ਹੁੰਦੇ। ਸੋ ਪ੍ਰਧਾਨ ਤਾਂ ਇੱਕ ਨੂੰ ਮੰਨਣੇ ਪਊਗਾ ਚਾਹੇ ਕਿਸੇ ਨੂੰ ਵੀ ਮੰਨ ਲਓ। ਇੱਕ ਨੂੰ ਮੰਨਣਾ ਪਿਆ ਪ੍ਰਧਾਨ ਤਾਂ ਹੁਣ ਸਾਰਿਆਂ ਨੇ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਮੰਨ ਹੀ ਲਿਆ। ਸਾਨੂੰ ਕੀ ਲੱਗਦਾ ਜੀ ਕਿਉਂਕਿ ਜਦੋਂ ਪਾਰਟੀ ਹਰਦੀ ਆ ਤਾਂ ਪ੍ਰਧਾਨ ਅਸਤੀਫਾ ਦਿੰਦੇ ਆਂ ਯਾਰ ਕਾਂਗਰਸ ਨੇ ਵੀ ਪ੍ਰਧਾਨ ਬਦਲਤਾ ਹੋਰ ਪਾਰਟੀਆਂ ਵੀ ਬਦਲਦੀਆਂ ਪਰ ਸ਼੍ਰੋਮਣੀ ਕਲੈਕਟਿਵ ਲੀਡਰਸ਼ਿਪ ਹੁੰਦੀ ਹੈ ਉਹ ਤਾਂ ਲੀਡਰਸ਼ਿਪ ਨੇ ਵੇਖਣਾ ਸਾਰੀ ਪਾਰਟੀ ਨੇ ਰਹਿ ਕਰਨੀ ਹੁੰਦੀ ਹੈ ਕਿ ਬਦਲਣਾ ਕਿ ਨਹੀਂ ਬਦਲਣਾ ਤੇ ਜੇ ਪਾਰਟੀ ਦੀ ਵੱਡੀ ਗਿਣਤੀ ਕਹਿੰਦੀ ਹੈ ਨਹੀਂ ਬਦਲਣਾ ਤੇ ਫਿਰ ਉਹ ਗੱਲ ਵੀ ਉਹੀ ਗੱਲ ਚੱਲਦੀ ਹੈ ਤੇ ਇਹ ਹੀ ਗੱਲ ਕਾਲੀ ਦਲ ਦੇ ਵਿੱਚ ਸੀਗੀ ਕਿ ਵੱਡੀ ਗਿਣਤੀ ਜਿਹੜੀ ਲੀਡਰਸ਼ਿਪ ਸੀਗੀ ਉਹ ਕਹਿੰਦੀ ਸੀ ਨਹੀਂ ਬਦਲਣਾ ਫਿਰ ਉਹ ਨਹੀਂ ਬਦਲਿਆ ਗਿਆ ਲੋਕ ਸਾਹਿਬ ਇੱਕ ਲੀਡਰਸ਼ਿਪ ਦੇ ਵਿੱਚ ਨਾ ਜਨਰੇਸ਼ਨ ਗੈਪ ਹੁੰਦਾ ਨਵੀਂ ਲੀਡਰਸ਼ਿਪ ਤੁਹਾਨੂੰ ਲੱਗਦਾ ਕਿ ਕਾਲੀ ਦਲ ਨਹੀ ਪੈਦਾ ਕਰ ਸਕਿਆ ਪੁਰਾਣੀ ਉਹੀ ਲੀਡਰਰ ਅੱਡੇ ਕੋਲ ਨਹੀਂ ਹੁਣ ਤਾਂ ਪੁਰਾਣੀ ਲੀਡਰਸ਼ਿਪ ਤਾਂ ਬਹੁਤ ਥੋੜੀ ਰਹੀ ਗਈ ਪੁਰਾਣੀ ਲੀਡਰਸ਼ਿਪ ਤਾਂ ਬਹੁਤ ਘੱਟ ਆ ਹੁਣ ਪੁਰਾਣੀ ਲੀਡਰਸ਼ਿਪ ਦੇ ਵਿੱਚ ਤਾਂ ਮੈਨੂੰ ਲੱਗਦਾ ਰਹਿ ਇਕਲਤੀ ਹਿੰਸਾ ਸਾਹਿਬ ਗਏ ਜੱਪੂ ਹੰਦਲ ਸਾਹਿਬ ਗਏ ਬਾਕੀ ਤਾਂ ਤਕਰੀਬਨ ਸਾਰੇ ਇੱਕ ਦੋ ਚੌ ਨੂੰ ਚਲੋ ਸਾਡੇ ਵਰਗਾਂ ਨੂੰ ਵਿਚ ਵਿਚਾਲੇ ਜੇ ਰੱਖ ਲੋ ਛੱਡ ਲੋ ਤੇ ਬਾਕੀ ਤਾਂ ਸਾਰੀ ਲੀਡਰਸ਼ਿਪ ਜੰਗ ਆ ਹੁਣ ਨਵੀਂ ਆ ਸਾਰੀ ਨਵੀਂ ਆ ਪੁਰਾਣੀ ਲੀਡਰਸ਼ਿਪ ਤਾਂ ਹੁਣ ਵਿਚਾਰੇ ਚੜ੍ਹਾਈ ਕਰ ਗਏ ਬਰ ਬਾਲ ਸਾਹਿਬ ਚੜ੍ਹਾਈ ਕਰ ਗਏ ਬਰਪੁਰਾ ਸਾਹਿਬ ਚੜ੍ਹਾਈ ਕਰ ਗਏ ਹੋਰ ਕਈ ਲੀਡਰ ਸੀ ਸਾਡੇ ਉਹ ਚੜ੍ਹਾਈ ਕਰ ਗਏ ਵੱਡੇ ਵੱਡੇ ਤੇ ਹੁਣ ਤਾਂ ਲੀਡਰ ਠੀਕ ਆ ਕੋਈ ਇਹੋ ਜੀ ਗੱਲ ਨਹੀਂ ਚੰਗੀ ਠੀਕ ਆ ਸ੍ਰੋਮਣੀ ਕਾਲੀਆਂ ਦਾ ਇਤਿਹਾਸ ਦੀ ਆਪਾਂ ਨਿਗਾਹ ਮਾਰਦੇ ਤਾਂ ਬੜਾ ਮਾਣਮੱਤਾ ਇਤਿਹਾਸ ਆ ਲੋਕ ਮਾਣ ਕਰਦੇ ਸੀ ਕਾਲੀ ਹੋਣ ਤੇ ਤਾਂ ਪਿਛਲੇ ਸਮੇਂ ਦੇ ਵਿੱਚ ਪਰ ਕੁਝ ਮੁੱਦੇ ਕੁਝ ਗਲਤੀਆਂ ਇਹ ਜਿਹੀਆਂ ਹੋ ਗਈਆਂ ਲੋਕ ਕਾਲੀ ਦਲ ਤੋਂ ਕਿਨਾਰਾ ਕਰਨ ਲੱਗੇ ਆ ਉਹ ਦੁਬਾਰੇ ਮੁੱਦੇ ਆ ਤੇ ਤੁਸੀਂ ਫੇਰ ਆਉਂਗੇ ਕਿਉਂਕਿ ਜਿਵੇਂ ਹੁਣ ਤੁਹਾਡਾ ਲੈਸ ਨਹੀਂ ਹੋਇਆ ਤੁਸੀਂ ਕਹਿ ਕੇ ਅਸੀਂ ਮੁੱਦੇ ਰੱਖੇ ਪੰਜਾਬ ਦੇ ਪਾਣੀਆਂ ਦੀ ਗੱਲ ਤੁਸੀਂ ਕੀਤੀ ਆ ਬੰਦੀ ਸਿੰਘਾ ਦੀ ਗੱਲ ਕੀਤੀ ਆ ਤਾਂ ਦੁਬਾਰੇ ਉਹ ਮੁੱਦੇ ਤੁਸੀਂ ਦੁਬਾਰੇ ਫੇਰ ਆਵਰ ਰਹੇ ਹੋ ਨਹੀਂ ਮੁੱਦੇ ਨਹੀਂ ਕਦੇ ਕਾਲੀ ਦਲ ਨੇ ਮੁੱਦੇ ਕਦੇ ਛੱਡੇ ਹੀ ਨਹੀਂ ਹੈਗੇ ਕਈ ਵਾਰੀ ਦੂਜੇ ਵਿਰੋਧੀ ਪ੍ਰਚਾਰ ਕਰ ਦਿੰਦੇ ਆ ਕਈ ਵਾਰੀ ਉਹ ਪ੍ਰਚਾਰ ਚ ਉਹਨਾਂ ਦੀ ਗੱਲ ਚੱਲ ਜਾਂਦੀ ਹੈ। ਕਈ ਵਾਰੀ ਉਹਨਾਂ ਦਾ ਪ੍ਰਚਾਰ ਨਹੀਂ ਹਾਵੀ ਹੁੰਦਾ ਤਾਂ ਉਹਨਾਂ ਦੀ ਗੱਲ ਨਹੀਂ ਚੱਲਦੀ। ਜਿਹੜੀਆਂ ਆਪਦੀਆਂ ਮੰਗਾਂ ਨੇ ਜਾਂ ਡਿਮਾਂਡ ਜਿਹੜੀਆਂ ਦਾ ਪੰਜਾਬ ਦੇ ਜੋ ਮਸਲੇ ਨੇ ਉਹ ਕਾလီਦਲ ਨੇ ਕਦੇ ਛੱਡੇ ਨਹੀਂ ਉਹ ਚੱਲਦੀ ਰਹਿੰਦੇ ਨੇ ਹਮੇਸ਼ਾ ਨਾਲੋਂ ਨਾਲ। ਕਈ ਵਾਰੀ ਸਰਕਾਰ ਚੱਲ ਜਾਂਦੇ ਉਦੋਂ ਉਹੋ ਜੀ ਲੜਾਈ ਲੜੀਦੀ ਹੈ। ਕਈ ਵਾਰੀ ਆਪੋਜੀਸ਼ਨ ਚ ਹੋਈਦੀ ਹੈ ਉਦੋਂ ਉਹੋ ਜੀ ਲੜਾਈ ਲੜੀਦੀ ਹੈ। ਸੋ ਕੋਈ ਇਹੋ ਜੀ ਗੱਲ ਨਹੀਂ ਹੈਗੀ। ਮੁੱਦੇ ਸਾਡੇ ਸਾਰੇ ਕਾਇਮ ਨੇ। ਮੁੱਦਿਆਂ ਦੇ ਉੱਤੇ ਕਾလီਦਲ ਖੜਾ ਹੈ। ਮੁੱਦਿਆਂ ਉੱਤੇ ਕਾလီਦਲ ਖੜਾ ਰਹੇਗਾ। ਅੱਗੇ ਨੂੰ ਵੀ ਜਿਹੜੇ ਮੁੱਦਿਆਂ ਦੀ ਲੜਾਈ ਹੈ ਭਾਵੇਂ ਰਾ ਲੋਕ ਸਭਾ ਚੋਣਾਂ ਬਿਲਕੁਲ ਨੇੜੇ ਆ ਚੁੱਕੀਆਂ ਨੇ ਥੋੜਾ ਸਮਾਂ 2 ਮਹੀਨੇ ਦਾ ਸਮਾਂ ਜਿਹੜਾ ਬਚਦਾ ਹੈਗਾ ਤੇ ਹਰ ਇੱਕ ਪਾਰਟੀ ਨੇ বিজেপি ਨੇ ਵੀ ਕੈਂਡੀਡੇਟ ਅਨਾਉਂਸ ਕਰਤੇ ਉਧਰੋਂ ਆਮ ਆਦਮੀ ਪਾਰਟੀ ਨੇ ਵੀ ਕਰਤੇ ਸ਼੍ਰੋਮਣੀ ਅਕਾਲੀ ਦਲ ਕੀ ਸੋਚ ਰਿਹਾ ਸ਼੍ਰੋਮਣੀ ਅਕਾਲੀ ਦਲ ਕੀ ਲੱਗਦਾ ਹੈ ਕਿ ਗੱਠ ਜੋੜ ਨੂੰ ਦੇਖ ਰਹੇ ਹੋ ਜਾਂ ਕਦੋਂ ਤੱਕ ਤੁਸੀਂ ਕੈਂਡੀਡੇਟ ਜਿਹੜੇ ਅਨਾਉਂਸ ਕਰੋਗੇ ਨਹੀਂ ਹੁਣ ਗੱਠ ਜੋੜ ਮੈਨੂੰ ਲੱਗਦਾ ਅਕਾਲੀ ਦਲ ਦਾ ਕਿਸੇ ਨਾ ਹੁੰਦਾ ਨਹੀਂ ਇਕੱਲਾ ਹੀ ਲੜੇਗਾ ਅਕਾਲੀ ਦਲ ਚੋਣ ਤਾਂ ਤੇ ਮੈਨੂੰ ਲੱਗਦਾ ਮੂਹਰੇ ਹਫਤੇ ਦੇ ਵਿੱਚ ਜਿਹੜੀ ਲਿਸਟ ਹੈ ਕਾਲੀ ਦਲ ਦੀ ਜਿਹੜੀ 13 ਸੀਟਾਂ ਹੈ ਉਹਦੇ ਚੋਂ 7-8 ਜਾਂ 8-9 ਸੀਟਾਂ ਦੀ ਤੇ ਘੱਟੋ ਘੱਟ ਜ਼ਰੂਰੀ ਆ ਜਾਈਗੇ ਬਲਤ ਹੋ ਸਕਦਾ 13 ਦੀ 13 ਦੀ ਆ ਜੇ ਨੇ 8-9 ਸੀਟਾਂ ਦੀ ਲਿਸਟ ਤਾਂ ਮੈਨੂੰ ਲੱਗਦਾ ਅਗਲੇ ਹਫਤੇ ਦੇ ਵਿੱਚ ਹੀ ਆ ਜਾਈਗੀ ਸਿਕੰਦਰ ਸਿੰਘ ਮਲੂਕਾ ਵਿੱਚੋਂ ਲੜਨਗੇ ਕਿਤੋਂ ਨਹੀਂ ਮੈਂ ਕਿਤੋਂ ਪਾਰਲੀਮੈਂਟ ਦੀ ਚੋਣ ਨਹੀਂ ਲੜਦੀ ਮੈਂ ਤਾਂ ਬਸ ਹੁਣ ਤਾਂ ਅਰੈਸਟ ਹੀ ਕਰਦੇ ਇਹੀ ਵਧੀਆ ਹੈ ਤੇ ਮੈਂ ਕੋਈ ਪਾਰਲੀਮੈਂਟ ਦੀ ਚੋਣ ਲੜਨ ਬਾਰੇ ਨਾਮ ਐ ਮੰਗ ਕੀਤੀ ਹੈ ਹਾਂ ਪਾਰਟੀ ਕਿਤੇ ਲੜਾਉਣਾ ਚਾਹੁੰਦੀ ਹੁੰਦੀ ਉਹ ਵੱਖਰੇ ਹੁੰਦੀਆਂ ਕਈ ਪਾਰਟੀ ਕਹਿ ਦਿੰਦੀ ਮਜਬੂਰੀ ਬਣ ਜਾਂਦੀ ਹੈ ਫੇਰ ਲੜਨ ਦੀ ਪਰ ਮੇਰਾ ਪਾਰਟੀ ਕੋਈ ਚੋਣ ਪਾਰਲੀਮੈਂਟ ਦੀ ਲੜਨ ਦਾ ਕੋ ਨਹੀਂ ਹੁਣ ਦੇਖਦੇ ਕਿਉਂ ਜੀ ਤੁਸੀਂ ਸਿਆਸਤ ਦੇ ਵਿੱਚ ਕਾਫੀ ਤੁਸੀਂ ਪੁਰਾਣੇ ਹੋ ਬਹੁਤ ਕੁਝ ਤੁਸੀਂ ਦੇਖਿਆਗਾ ਅੱਜ ਕੱਲ ਦੀ ਜਿਹੜੀ ਸਿਆਸਤ ਆ ਅੱਜ ਕੱਲ ਦੇ ਜਿਹੜੇ ਲੀਡਰ ਹੈ ਉਹਨਾਂ ਦਾ ਮਿਆਰ ਬਹੁਤ ਡਿੱਗਿਆ ਹੋਇਆ ਲੱਗਦਾ ਕੀ ਤੁਹਾਨੂੰ ਕਿ ਐਦਾਂ ਲੋਕ ਕਿਤੇ ਭਰੋਸਾ ਕਰਨ ਲੋਕ ਇੱਕ ਨਵੇਂ ਬੰਦੇ ਨੂੰ ਲੈ ਕੇ ਆਉਂਦੇ ਆਗੇ ਫੇਰ ਉਹ ਵੀ ਬਦਲ ਜਾਂਦਾ ਸਿਆਸਤ ਦੇ ਵਿੱਚ ਹੋ ਕੀ ਰਿਹਾ ਹੈ ਮੈਂ ਤੁਹਾਨੂੰ ਪਹਿਲਾਂ ਵੀ ਉਹੀ ਗੱਲ ਕਹੇ ਤੀ ਕਿ ਪੁਰਾਣੇ ਜਿਹੜੇ ਲੋਕ ਸੀ ਉਹਨਾਂ ਚ ਸੇਵਾ ਦੀ ਭਾਵਨਾ ਸੀ ਹੁਣ ਵਾਲੇ ਦੇ ਵਿੱਚ ਸਿਆਸਤ ਨੂੰ ਬਿਜ਼ਨਸ ਸਮਝ ਲਿਆ ਕੋਈ ਮੰਨੇ ਤੇ ਕੋਈ ਨਾ ਮੰਨੇ ਉਹ ਵੱਖਰੀ ਗੱਲ ਹੈ ਜਿਹੜੀ ਨਵੀਂ ਪੀੜੀ ਹੈ ਇਹੀ ਕਾਲੀ ਕਰਦੀ ਹੈ ਛੇਤੀ ਅਮੀਰ ਹੋਣ ਦਾ ਬਖਾਵਾ ਕਰਦੀ ਹੈ ਇਸੇ ਕਰਕੇ ਜਦੋਂ ਲੋਕ ਦੇਖਦੇ ਆ ਵੀ ਇਹ ਕੱਲ ਸਿਆਸਤ ਚ ਆਇਆ ਇਹਨੂੰ 5 ਸਾਲ ਹੋਏ ਐ ਐਮਐਲਏ ਬਣਿਆ ਐ ਇਹਨੂੰ 7 ਸਾਲ ਹੋਏ ਐ ਇਹਨੂੰ ਕੋਈ ਅਹੁਦੇ ਮਿਲ ਗਏ ਇਹਨੂੰ ਉਹਨਾਂ ਨੇ ਫਿਰ ਵੱਡੀਆਂ-ਵੱਡੀਆਂ ਗੱਡੀਆਂ ਲੈ ਲਈਆਂ ਫਿਰ ਚੰਗੇ ਮਹਿੰਗੇ ਵਾਂਗੇ ਕੱਪੜੇ ਪਾਉਣ ਲੱਗ ਗਏ ਫਿਰ ਕੋਠੀਆਂ ਖੜੀਆਂ ਕਰਨ ਲੱਗ ਗਏ ਉਹ ਲੋਕੀ ਸੋਚਦੇ ਵੀ ਐਡੀ ਛਿੱਤੇ ਨੇ ਕੋਲ ਕਿੱਥੋਂ ਪੈਸਾ ਆ ਗਿਆ ਪਹਿਲਾਂ ਤਾਂ ਹੈ ਨਹੀਂ ਸੀਗਾ ਵੀ ਕਿਤੇ ਨਾ ਕਿਤੇ ਗੜਬੜ ਕਰਦਾ ਸਿਆਸਤ ਹੈ ਯਾਰ ਬੜੀ ਮੌਜ ਹੈ ਪੈਸੇ ਬੜੀ ਛੇਤੀ ਚੱਲਦੇ ਨੇ ਤੇ ਜਿਵੇਂ ਮਰਜੀ ਵੇਖਿਆ ਕਈ ਸਾਡਾ ਕਮਾਉਣਾ ਹੀ ਮੁੱਖ ਰਹਿ ਗਿਆ ਲੋਕਾਂ ਦੇ ਲੋਕਾਂ ਦੀ ਹੈ ਨਹੀ ਜਿਆਦੇ ਲੋਕਾਂ ਦਾ ਜਿਆਦੇ ਲੋਕਾਂ ਦਾ ਸਾਰੇ ਨਹੀਂ ਸਾਰੇ ਕਦੇ ਵੀ ਨਹੀਂ ਕੁਝਾ ਹੋ ਸਕਦਾ ਹੁੰਦਾ ਚੰਗੇ ਲੋਕ ਵੀ ਬਹੁਤ ਨੇ ਸਿਆਸਤ ਦੇ ਵਿੱਚ ਪਰ ਜਿਆਦੇ ਲੋਕਾਂ ਦਾ ਮੈਨੂੰ ਲੱਗਦਾ ਇਹ ਹੀ ਹੋ ਗਿਆ ਤੁਸੀਂ ਤੁਸੀਂ ਖੁਦ ਪਿੰਡਾਂ ਕਿਵੇਂ ਦੱਸਣਗੇ ਤੁਹਾਨੂੰ ਸਾਰੇ ਕਿਵੇਂ ਲੋਕੀ ਆਪ ਹੀ ਦੱਸਣਗੇ ਜੀ ਫਲਾਨਾ ਐਮਐਲਏ ਜੀ ਐਸਐਚਓ ਤੋਂ ਵੀ ਸਾਲ ਲੈਂਦਾ ਜੀ ਵੀਡੀਓ ਤੋਂ ਵੀ ਲੈਂਦਾ ਜੀ ਤਹਿਸੀਲਦਾਰ ਤੋਂ ਵੀ ਲੈਂਦਾ ਜੀ ਟਰੱਕ ਯੂਨੀਅਨ ਚੋਂ ਵੀ ਲੈਂਦਾ ਜੀ ਫਲਾਨਾ ਕਰਦਾ ਤੇ ਜਦੋਂ ਇਹ ਗੱਲਾਂ ਬਾਹਰ ਆਉਂਦੀਆਂ ਕਿਤੇ ਨਾ ਕਿਤੇ ਗੱਲ ਤਾਂ ਕੋਈ ਹੋਊਗੀ ਨਾ ਫਿਰ ਜੇ ਗੱਲਾਂ ਬਾਹਰ ਆਉਂਦੀਆਂ ਤਾਂ ਕੋਈ ਨਾ ਕੋਈ ਗੱਲ ਤਾਂ ਹੋਊਗੀ ਨਾ ਐਵੇਂ ਤਾਂ ਨਹੀਂ ਹੁੰਦੀਆਂ ਫਿਰ ਤੇ ਫਿਰ ਇੱਥੋਂ ਸੋਚਣਾ ਚਾਹੀਦਾ ਜੇ ਐਮਐਲਏ ਦਾ ਜਮੀਰ ਇੰਨੀ ਗਿਰਗੀ ਜਾਂ ਮਿਨਿਸਟਰਾਂ ਦੀ ਕਿ ਕੋਈ ਟਰੱਕ ਯੂਨੀਅਨ ਚੋਂ ਪੈਸੇ ਲਵੇ ਜਾ ਕੋਈ ਤਹਿਸੀਲਦਾਰਾਂ ਤੋਂ ਪੈਸੇ ਲਵੇ ਮੀਨਾ ਲਵੇ ਜਾਂ ਕੋਈ ਵੀਡੀਓ ਤੋਂ ਲਵੇ ਜਾਂ ਕੋਈ ਐਸਚਓ ਤੋਂ ਲਵੇ ਕਿਸੇ ਅਫਸਰ ਤੋਂ ਵੀ ਲਵੇ ਮੈਂ ਕਹਿੰਦਾ ਜਾਂ ਲੋਕਾਂ ਤੋਂ ਹੀ ਲਵੇ ਤੇ ਫਿਰ ਉਹ ਗਿਰ ਗਿਆ ਬਿਆਰ ਤਾਂ ਫਿਰ ਗਿਰ ਗਿਆ ਤੇ ਕੀ ਰੋਲੇ ਵਾਲੀ ਗੱਲ ਹੈ ਫਿਰ ਤਾਂ ਗਿਰਿਆ ਹੀ ਬਿਆਰ ਸਿਕੰਦਰ ਸਿੰਘ ਬਲੁਕਾ ਕੀ ਸੋਚ ਕੇ ਆਸੀ ਸਿਆਸਤ ਚ ਸਾਡੇ ਵੇਲੇ ਤਾਂ ਦਾਤਾ ਸੀ ਇਹ ਸੋਚ ਕੇ ਆਸੀ ਕੋਈ ਲੀਡਰ ਬਣਨਾ ਉਦੋਂ ਉਹ ਤਾਂ ਚਾਹ ਹੀ ਹੁੰਦਾ ਸੀ ਮੈਂ ਇਹਨੂੰ ਹੁੰਦਾ ਕਿ ਮੈਂ ਪਹਿਲਾਂ ਸੋਚਿਆ ਪੜਦਾ ਸੀ ਜਦੋਂ ਮੈਂ ਕਿ ਮੈਂ ਪਿੰਡ ਦਾ ਸਰਪੰਚ ਬਣਨਾ ਮੇਰਾ ਪਿੰਡ ਪਛੜਿਆ ਬਹੁਤ ਸੀ ਬਹੁਤ ਪਛੜਿਆ ਸੀ ਚਾਰ ਚਪੇਰੇ ਉਥੇ ਕੁਝ ਵੀ ਨਹੀਂ ਸੀਗਾ ਵੀ ਮੈਂ ਸਰਪੰਚ ਬਣਨਾ ਪਿੰਡ ਦੇ ਫਿਰ ਮੈਂ ਕੰਮ ਕਰਾਉਣੇ ਦਬਕੇ ਮੈਂ ਸਰਪੰਚ ਬਣ ਗਿਆ ਪਿੰਡ ਦਾ ਛੋਟੀ ਉਮਰ ਚ ਮੈਨੂੰ ਸਰਪੰਚ ਬਣਾਤਾ ਪਿੰਡ ਦਾ ਕੁਦਰਤੀ 77 ਜਵਾਲ ਸਾਹਿਬ ਦੀ ਸਰਕਾਰ ਆ ਗਈ ਮੂਰੇ ਉਦੋਂ ਫਿਰ ਮੈਂ ਪਿੰਡ ਦੇ ਤਕਰੀਬ ਨੂੰ ਸਾਰੇ ਕੰਮ ਹੀ ਕਰਾਤੇ ਸੀ ਸਰਪੰਚ ਬਣ ਕੇ ਸਰਪੰਚ ਬਣ ਕੇ ਫੋਕਲ ਪਿੰਡ ਬਣਾ ਲਿਆ ਸੀ ਉਹਦੇ ਚ ਪੱਕੀ ਅਨਾਜ ਮੰਡੀ ਵੀ ਆ ਗਈ ਸੜਕਾਂ ਵੀ ਬਣ ਗਈਆਂ ਪਿੰਡ ਦੀਆਂ ਗਲੀਆਂ ਨਾਲੀਆਂ ਵੀ ਬਣ ਗਈਆਂ ਬੈਂਕ ਵੀ ਆ ਗਿਆ ਹਸਪਤਾਲ ਵੀ ਬੰਦਿਆਂ ਦਾ ਵੀ ਆ ਗਿਆ ਪਸ਼ੂਘਾਉਂਦਾ ਵੀ ਆ ਗਿਆ ਅਨਾਜ ਮੰਡੀ ਵੀ ਆ ਗਈ ਬਿਜਲੀ ਵੀ ਆ ਗਈ ਉਹ ਸਾਰੇ ਮਸਲੇ ਹੱਲ ਹੋ ਗਏ ਤੇ ਫਿਰ ਜਦੋਂ ਸਰਪੰਚ ਬਣ ਗਏ ਫਿਰ ਐਮਐਲਏ ਨਾਲ ਲਿਆਜ ਹੋ ਗਈ ਸਰਕਾਰ ਨਾਲ ਲਿਆਜ ਹੋ ਗਈ ਕਹਿ ਲੋ ਸਮਝ ਲੋ ਜਦੋਂ ਸਰਕਾਰ ਨਾਲ ਲਿਆਜ ਹੋ ਗਈ ਫਿਰ ਉਧਰਲੇ ਬੰਦੇ ਵਿੱਚ ਲਾਲਚ ਜਰੂਰ ਆਇਆ ਕਿ ਯਾਰ ਐਮਐਲਏ ਬਣ ਕੇ ਵੀ ਵੇਖੀਏ ਵੀ ਇਹ 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 ਉਦੋਂ ਵੱਡਾ ਕੰਮ ਹੈ ਐਮਐਲਏ ਬਣ ਕੇ ਵਾਲੀ ਹਲਕੇ ਦੀ ਸੇਵਾ ਕੀਤੀ ਜਾ ਸਕਦੀ ਹੈ ਰਾਮਪੁਰੇ ਹਲਕੇ ਨੂੰ ਵਧੀਆ ਬਣਾ ਗਿਆ ਆਪਣਾ ਹਲਕਾ ਪਛੜਿਆ ਹੋਇਆ ਚਲੋ ਵੈਗਰੂ ਨੇ ਕਾਫੀ ਚਿਰ ਟਟਕਸ਼ ਘਰਸ਼ਤਾ ਕਾਫੀ ਚਿਰ ਕੀਤਾ ਉਦੋਂ ਬਾਅਦ ਕਾਫੀ ਲੰਮਾ ਟਾਈਮ ਲੱਗਿਆ 15 16 ਸਾਲ ਮਿਹਨਤ ਕੀਤੀ ਸੇਵਾ ਕੀਤੀ ਤੇ ਫਿਰ ਸਵਾ ਮਿਲ ਗਿਆ ਕਿ ਐਮਐਲਏ ਬਣਨ ਦਾ ਸਵਾ ਮਿਲ ਗਿਆ ਐਮਐਲਏ ਦੇ ਨਾਲ ਕੁਦਰਤੀ ਕਿਰਪਾ ਹੋ ਗਈ ਸਰਕਾਰ ਬਣ ਗਈ ਪਾਰਟੀ ਦੀ ਕਿਰਪਾ ਹੋ ਗਈ ਬਾਦਸ਼ਾਹ ਦੀ ਵਜ਼ੀਰ ਵੀ ਬਣਾਤਾ ਉਹਨਾਂ ਨੇ ਤੇ ਫਿਰ ਤੁਸੀਂ ਵੇਖ ਲਓ ਵੀ ਰਾਮਪਰੇ ਫੂਲ ਹਲਕੇ ਦੇ ਵਿੱਚ ਮੇਰੇ ਕਹਿਣ ਦੀ ਲੋੜ ਨਹੀਂ ਕੰਮਾਂ ਦੀ ਜੇ ਗੱਲ ਕਰੀਏ ਰਾਮਪਰੇ ਫੂਲ ਹਲਕੇ ਦੇ ਵਿੱਚ ਫਿਰ ਮੈਂ ਕੋਈ ਕਸਰ ਨਹੀਂ ਛੱਡੀ ਜਿਹੜੀ ਡਿਊਟੀ ਮੇਰੀ ਮਿਲੀ ਲਈ ਲੋਕਾਂ ਨੇ ਮੈਂ ਕਹਿ ਸਕਦਾ ਕਿ ਪੰਜਾਬ ਦੇ ਜਿਹੜੇ 5-7 ਗਿਣਵੇਂ ਚੁਣਵੇਂ ਹਲਕੇ ਨੇ ਚੰਗੇ ਉਹਨਾਂ 'ਚ ਰਾਮਪਰੇ ਫੂਲ ਦਾ ਨਾਮ ਆਉਂਦਾ ਹੈ ਜਿੱਥੇ ਜੇ ਡਿਵੈਲਪਮੈਂਟ ਦੇ ਪਰੇਫੁੱਲ ਦਾ ਡਿਵੈਲਪਮੈਂਟ ਦੀ ਤੁਸੀਂ ਗੱਲ ਕਰਦੇ ਹੋ ਰਾਮਪਰੇਫੁੱਲ ਦਾ ਇੱਕ ਹੋਰ ਵੀ ਨਾਮ ਆਉਂਦਾ ਕਹਿੰਦੇ ਚੋਣ ਬਹੁਤ ਇੱਥੇ ਮਹਿੰਗੀ ਵੀ ਹੁੰਦੀ ਹੈ ੱੱੱਕਾ ਬਹੁਤ ਹੁੰਦਾ ਕਹਿੰਦੇ ਬਲੂਕਾ ਸਾਹਿਬ ਵੀ ੱੱੱਕਾ ਕਰਦੇ ਆ ਆਪਣੇ ਸਮੇਂ ਵਿੱਚ ਤੇ ਕਹਿੰਦੇ ਕਾਂਗੜਾ ਸਾਹਿਬ ਵੀ ਕਰਦੇ ਰਹੇ ਆ ੱੱੱਕਾ ਕਹਿੰਦੇ ਬਹੁਤ ਹੁੰਦਾ ਇੱਥੇ ਵੇਖੋ ਕਾਂਗੜਾ ਦੇ ੱੱੱਕਾ ਜਾਂ ਤੁਸੀਂ ਮੇਰੀ ਕੋਈ ਇੱਕ ਉਦਾਹਰਨ ਜੇ ਦੇ ਦੇਉ ਕਿਤੇ ਇੱਕ ਉਦਾਹਰਨ ਕਿ ਫਲਾਨੀ ਚੋਣ ਦੇ ਵਿੱਚ ੱੱੱਕਾ ਕੀਤਾ ਹੋਵੇ ਆਪਾਂ ਕਿਸੇ ਦੇ ਕਾਗਜ਼ ਰੱਦ ਕੀਤੇ ਹੋਣ ਕਿਸੇ ਨੂੰ ਭਜਾਇਆ ਹੋਵੇ ਇਲੈਕਸ਼ਨ ਦੇ ਵਿੱਚ ਕੋਈ ਅਲਿਗੇਸ਼ਨ ਲੱਗਦਾ ਤੁਹਾਡੇ ਤੁਸੀਂ ਮੰਨਦੇ ਕਿ ਨਹੀਂ ਹੋਵੇ ਅਲਿਗੇਸ਼ਨ ਲਾਉਣਾ ਤਾਂ ਲਾ ਦਿਓ ਜੀ ਤੇ ਮਰਜੀ ਕੋਈ ਉਠਾਉਂਦਾ ਨਹੀਂ ਹੁੰਦਾ ਕਿਸੇ ਤੋਂ ਕੋਈ ਧਾਰਨ ਤਾਂ ਦੇਣੀ ਪਊ ਨਾ ਜੀ ਆ ਤੁਸੀਂ ਧੱਕਾ ਕੀਤਾ ਅਲਿਗੇਸ਼ਨ ਲਾਉਣਾ ਹੋਰ ਚੀਜ਼ਾਂ ਦਾ ਸਬੂਤ ਦੇਣੇ ਪੈਂਦੇ ਆ ਅਲਿਗੇਸ਼ਨ ਦਾ ਨਹੀਂ ਕੋਈ ਚੀਜ਼ ਹੁੰਦੀ ਅਲਿਗੇਸ਼ਨ ਤਾਂ ਤੁਸੀਂ ਪ੍ਰਮਾਤਮਾ ਤੇ ਵੀ ਲਾ ਦਿਓ ਭਾਵੇਂ ਜਿਹੜਾ ਆਪਾਂ ਨੂੰ ਦਿਸਦਾ ਨਹੀਂ ਕਿਤੇ ਕੋਈ ਗਲਤੀ ਤੁਸੀਂ ਆਪ ਕਰ ਲਓ ਸਿਰ ਆਪ ਪ੍ਰਮਾਤਮਾ ਦੇ ਲਾ ਦਿਨੇ ਰੱਬ ਨੇ ਕਰਤੀ ਸੋ ਇਹ ਨਹੀਂ ਹੈਗਾ ਕਿਤੇ ਕੋਈ ਸਾਬਤ ਕਰ ਦੇ ਇੱਕ ਅੱਧੀ ਗੱਲ ਮੈਂ ਦੂਜਿਆਂ ਦੇ ਬਾਰੇ ਨਹੀਂ ਉਹ ਕੋਈ ਕੋਈ ਲੰਮੀ ਉਹ ਜੂ ਡਿਟੇਲ ਫਿਰ ਜੇ ਆਪਾਂ ਗੱਲ ਕਰਾਂਗੇ ਦੂਜਿਆਂ ਦੇ ਬਾਰੇ ਤਾਂ ਉਹ ਹੀ ਜਵਾਬ ਦੇ ਨੇ ਤੇ ਜਾਂ ਲੋਕ ਲੋਕਾਂ ਨੂੰ ਜਵਾਬ ਦੇ ਨੇ ਅਸੀਂ ਸਾਰੇ ਲੋਕਾਂ ਨੂੰ ਜਵਾਬ ਦੇ ਆ ਕੋਈ ਮੇਰੀ ਕੋਈ ਗੱਲ ਦੱਸੋ ਵੀ ਜਿਹੜੀ ਕਿ ਮੈਂ ਫਲਾਣੇ ਵੇਲੇ ਧੱਕਾ ਕੀਤਾ ਸੀ ਫਲਾਣੇ ਬੰਦੇ ਨਾਲ ਧੱਕਾ ਹੋਇਆ ਜਾਂ ਕੋਈ ਬੰਦਾ ਕਹੇ ਵੀ ਜਾਣ ਬੁੱਝ ਕੇ ਧੱਕਾ ਕੀਤਾ ਜੇ ਕਿਸੇ ਦਾ ਕਸੂਰ ਆ ਤੇ ਫਿਰ ਉਹਨੂੰ ਪੁੱਤਣਾ ਪਏਗਾ ਜੇ ਬੇਕਸੂਰ ਆ ਚਾਹੇ ਵਿਰੋਧੀ ਵੀ ਆ ਮੈਂ ਤਾਂ ਕਦੇ ਵਿਰੋਧੀ ਨੂੰ ਵੀ ਨਹੀਂ ਸਿਕੰਮ ਤੋਂ ਮੋੜਿਆ ਨਹੀਂ ਸੀ ਕਦੀ ਤੇ ਡਿਵੈਲਪਮੈਂਟ ਜਿਹੜੀ ਹੈਗੀ ਮੇ ਇੰਨੇ ਪਿੰਡਾਂ ਮਗਰ ਇੱਕ ਬਿਜਲੀ ਦਾ ਗ੍ਰਿਡ ਹੈ 40 ਪਿੰਡਾਂ ਦੇ ਵੀ 32 ਪਿੰਡਾਂ ਦੇ ਵਿੱਚ 12ਵੇਂ ਦੇ ਸਕੂਲ ਨੇ ਤੇ 35 ਪਿੰਡਾਂ 'ਚ ਪੱਕੀਆਂ ਰਾਜ ਮੰਡੀਆਂ ਨੇ ਹਰੇਕ ਪਿੰਡ ਤਕਰੀਬਨ ਹਸਪਤਾਲ ਹੈ ਸਕੂਲ ਜਿਹੜੀ ਸੜਕਾਂ ਚੌੜੀਆਂ ਨੇ ਬਿਜਲੀ ਦੇ ਗ੍ਰਿਡਾਂ ਨੂੰ ਦੋ ਦੋ ਪਾਸਿਆਂ ਤੋਂ ਬਿਜਲੀ ਆਉਂਦੀ ਹੈ। ਸੋ ਇਹ ਇੰਡੀਆ ਡਿਵੈਲਪਮੈਂਟ ਕਿਤੇ ਹੋਰ ਨਹੀਂ ਹੈਗੀ ਜੇ ਤੁਸੀਂ ਕਹੋ ਮੈਂ ਗਿਣਾ ਤਾਂ ਬਹੁਤ ਚੀਜ਼ਾਂ ਨੇ ਗਿਣਨ ਵਾਲੀਆਂ ਬਹੁਤ ਵੱਡੇ ਵੱਡੇ ਪ੍ਰੋਜੈਕਟ ਲਿਆਂਦੇ ਨੇ। ਬਰਟਨਰੀ ਕਾਲਜ ਲਿਆਂਦਾ ਆ ਰਾਮਪੁਰੇ ਜਿਹੜਾ ਕਿ ਬਹੁਤ ਵੱਡੀ ਗੱਲ ਆ ਪੰਜਾਬ 'ਚ ਪਹਿਲਾ ਹੀ ਆ। ਜਿਹਦੇ ਬੜੇ ਲੋਕਾਂ ਨੂੰ ਫਾਇਦੇ ਹੁੰਦੇ ਨੇ। ਸੋ ਡਿਵੈਲਪਮੈਂਟ ਕਰਾਉਣੀ ਸਾਡੀ ਡਿਊਟੀ ਜ਼ਮੀਨ ਹੁੰਦੀ ਹੈ ਡਿਵੈਲਪਮੈਂਟ ਕਰਾਉਣੀ ਹਲਕੇ ਦੀ। ਉਹਦੇ ਤੇ ਆਪਾਂ ਪੂਰੇ ਉਤਰਿਆ ਉਹ ਵੈਗਰੂ ਨੇ ਕਿਰਪਾ ਕੀਤੀ। ਉਸ ਵੱਲੋਂ ਲੋਕੇ ਅੱਜ ਵੀ ਕਹਿੰਦੇ ਵੀ ਕੰਮ ਜਿੰਨੇ ਮਲੂਕਾ ਸਾਹਿਬ ਨੇ ਲੋਕਾਂ ਸਾਬਤ ਸੀ ਕਿ ਆ ਕਿ ਪਿੰਡ ਦੇ ਤੁਸੀਂ ਪਹਿਲਾਂ ਸਰਪੰਚ ਬਣਿਓ ਫਿਰ ਮਨ ਦੇ ਵਿੱਚ ਇਹ ਲਾਲਚ ਆਇਆ ਕਿ ਐਮਐਲਏ ਬਣਿਆ ਜਾਵੇ ਐਮਐਲਏ ਵੀ ਬਣ ਗਏ ਮਨਿਸਟਰ ਵੀ ਰਹਿ ਗਏ ਹੁਣ ਮਨ ਦੇ ਵਿੱਚ ਇਹ ਹੈਗਾ ਕਿ ਨਹੀਂ ਹੁਣ ਹੈਗਾ ਕਿ ਸੀਐਮ ਰਹਿੰਦਾ ਹਜੇ ਸੀਐਮ ਦੀ ਕੁਰਸੀ ਰਹਿੰਦੀ ਨਹੀਂ ਨਹੀਂ ਇਹ ਤੋਂ ਅੱਗੇ ਕੋਈ ਐਵੇਂ ਜੋ ਪ੍ਰਮਾਤਮਾ ਜੋ ਪ੍ਰਮਾਤਮਾ ਤੋਂ ਮੰਗਿਆ ਪ੍ਰਮਾਤਮਾ ਨੇ ਦਿੱਤਾ ਹੈ ਇਹ ਮੌਕਾ ਬਣਦਾ ਪਾਰਟੀ ਕਹਿੰਦੀ ਹੈ ਕਿ ਸੀਐਮ ਸਾਡੇ ਮਲੂਕਾ ਸਾਹਿਬ ਹੋਣਗੇ ਨਹੀਂ ਨਹੀਂ ਮੈਂ ਤਾਂ ਇੱਥੇ ਖੁਸ਼ ਹਾਂ ਬਸ ਖੁਸ਼ ਹੁਣ ਤਾਂ ਪੂਰੇ ਐ ਸੰਤੁਸ਼ਟਾਂ ਜ਼ਿੰਦਗੀ ਤੋਂ ਅਭੀ ਤੋਂ ਜੋ ਡਿਊਟੀਆਂ ਲਾਆਂ ਨਿਭਾਤੀਆਂ ਵਧੀਆ ਰਹੇ ਆ ਚੰਗਾ ਜੀਵਨ ਆਪਦਾ ਵਧੀਆ ਬਤੀਤ ਕੀਤਾ ਆਪਣੀ ਜਿਹੜੀ ਜ਼ਿੰਦਗੀ ਹੈ ਤੋਂ ਸੰਤੁਸ਼ਟ ਹੈ ਇਹ ਲਾਈਫ ਤੋਂ ਸਾਰੀ ਤੋਂ ਕੋਈ ਹੁਣ ਮੰਗ ਨਹੀਂ ਹੈਗੀ ਨਾ ਕੋਈ ਲਾਲਚ ਤਮ ਲੋਕ ਸਭਾ ਖੇਤਰ ਦੇ ਵਿੱਚ ਮੈਂ ਹੀ ਜਾਨਣਾ ਚਾਹੁੰਦਾ ਕਿ ਕਿਹੜੇ ਕਿਹੜੇ ਮੁੱਦਿਆਂ ਨੂੰ ਤੁਸੀਂ ਮੁੱਖ ਰੱਖ ਕੇ ਲੋਕ ਸਭਾ ਦੀ ਚੋਣ ਦੇ ਵਿੱਚ ਉਤਰੋਗੇ ਦੇਖੋ ਇਸ ਵੇਲੇ ਜਿਹੜੀ ਹਾਲਤ ਹੈ ਨਾ ਪੰਜਾਬ ਦੀ ਬਹੁਤ ਮਾੜੀ ਹੈ 7 ਸਾਲ ਹੋ ਗਏ ਕੋਈ ਡਿਵੈਲਪਮੈਂਟ ਨਹੀਂ ਹੋ ਰਹੀ ਪੰਜਾਬ 'ਚ ਸੜਕਾਂ ਟੁੱਟੀ ਜਾਂਦੀਆਂ ਨੇ ਲੁੱਟਖੋ ਇੰਨੀ ਜ਼ਿਆਦਾ ਵਧ ਗਈ ਹੈ ਗੈਂਗਸਟਰਵਾਦ ਇੰਨਾ ਜ਼ਿਆਦਾ ਵਧ ਗਿਆ ਕ੍ਰਾਪਸ਼ਨ ਇੰਨੀ ਜ਼ਿਆਦਾ ਵਧ ਗਈ ਹੈ ਨਸ਼ੇ ਇੰਨੇ ਜ਼ਿਆਦਾ ਵਧ ਗਏ ਨੇ ਸਾਰੀਆਂ ਬਿਮਾਰੀਆਂ ਪੰਛੀ ਪੰਜਾਬ ਨੂੰ ਚਿਮੜ ਗਈਆਂ ਨੇ ਤੇ ਡਿਵੈਲਪਮੈਂਟ ਬਿਲਕੁਲ ਰੁਕ ਗਿਆ ਵਪਾਰੀ ਇੱਥੋਂ ਭੱਜ ਜਾਂਦਾ ਇੰਡਸਟਰੀ ਨਵੀਂ ਆ ਨਹੀਂ ਰਹੀ ਸੋ ਸਾਡੇ ਹੈ ਕਿ ਇਹ ਨਾਲ ਸਾਰੀਆਂ ਚੀਜ਼ਾਂ ਨੂੰ ਅਸੀਂ ਖਤਮ ਕਰਾਂਗੇ ਜੇ ਸਾਨੂੰ ਮੌਕਾ ਮਿਲਿਆ ਆ ਜੋ ਗੈਂਗਸਟਰ ਬਾਦ ਇਹਨੂੰ ਵੀ ਖਤਮ ਕਰਾਂਗੇ ਨਸ਼ਿਆਂ ਨੂੰ ਵੀ ਖਤਮ ਕਰਾਂਗੇ ਤੇ ਕਰਾਪਸ਼ਨ ਮੁਦੇਬ ਤੱਕ ਲੋਕ ਕਹਿੰਦੇ ਆ ਕਿ ਆਮ ਆਦਮੀ ਪਾਰਟੀ ਵੀ ਕਹਿੰਦੀ ਆ ਕਿ ਗੈਂਗਸਟਰ ਬਾਦ ਤੇ ਨਸ਼ਾ ਤੱਕ ਕਹਿੰਦੇ ਕਾਲੀ ਦਲ ਦੀ ਸਰਕਾਰ ਬਿਲੇ ਆਇਆ ਨਹੀਂ ਕਹਿਣਾ ਚਲੋ ਮੰਨ ਲਓ ਵੀ ਸਾਡੇ ਰਾਜ ਬਿਲੇ ਆਇਆ ਤੇ ਫਿਰ ਤੁਸੀਂ ਕੀ ਕਰਦੇ ਰਹੇ 5 ਸਾਲ ਕਾਂਗਰਸੀ ਤੇ ਇਹ ਕੀ ਕਰਦੇ ਹੋ 2 ਸਾਲਾਂ ਦੇ ਜੇ ਸਾਡੇ ਬਿਲੇ ਆਇਆ ਤਾਂ ਫਿਰ ਇਹਨਾਂ ਦੀ ਡਿਊਟੀ ਨਹੀਂ ਖਤਮ ਕਰਨਾ ਇਹਨਾਂ ਨੇ ਇਹਨਾਂ ਦੀ ਡਿਊਟੀ ਨਹੀਂ ਫਿਰ ਕੇ ਇਹ ਐਂ ਕਹਿ ਕੇ ਖੇੜਾ ਛੁੱਟਜੂ ਵੀ ਫਰਾਨੇ ਬਿਲੇ ਆਇਆ ਹੈ ਇਹ ਇਹ ਤਾਂ ਜੋ ਤੁਸੀਂ ਤੁਸੀਂ ਇਹਨੂੰ ਕਰੋ ਖਤਮ ਜੇ ਨਹੀਂ ਕਰ ਸਕਦੇ ਤੁਸੀਂ ਹੱਥ ਖੜੇ ਕਰ ਦਿਓ ਤੇ ਜਾਂ ਇਹਨੂੰ ਖਤਮ ਕਰੋ ਸਾਡੇ ਵੇਲੇ ਉਹ ਤਾਂ ਸਾਡੇ ਨਾਲ ਗੱਲ ਹੁੰਦੀ ਜੇ ਤਾਂ ਸਾਡਾ ਵੇਲਾ ਸੀ ਉਹ ਤਾਂ ਸਾਡੇ ਨਾਲ ਗੱਲ ਹੁੰਦੀ ਤੇ ਹੁਣ ਜਿਹਦਾ ਵੇਲਾ ਉਹ ਗੱਲ ਉਹ ਜਵਾਬ ਦੇਵੇ ਗਵਰਨਮੈਂਟ ਦਾ ਡਿਊਟੀ ਹੈ ਇਹ ਇਹ ਤਾਂ ਇਹਨੇ ਕਹਿਣਾ ਵੀ ਇਹ ਤਾਂ ਜੀ ਪਿਛਲਿਆਂ ਨੇ ਕੀਤਾ ਜੀ ਤੇ ਫਿਰ ਤੁਸੀਂ ਕੀ ਕਰਦੇ ਜੀ ਪਿਛਲਿਆਂ ਨੇ ਤੁਹਾਡੇ ਵਾਲੇ ਕਿਹਾ ਜਾਂਦੇ ਕਹਿੰਦੇ ਕਾਲੀਦਾਰ ਲੈ ਕੇ ਜੇ ਪਿਛਲਿਆਂ ਨੇ ਕਿਤੇ ਨਾ ਕਿਤੇ ਕੋਈ ਗਲਤੀ ਕੀਤੀ ਹੋ ਤਾਂ ਹੀ ਦੂਜੀ ਸਰਕਾਰ ਆਉਂਦੀ ਹੈ ਨਾ ਐਵੇਂ ਤਾਂ ਆਉਂਦੀ ਨਹੀਂ ਤੇ ਫਿਰ ਉਹ ਫਿਰ ਫਿਰ ਇਹ ਇਹਨਾਂ ਦਾ ਵੀ ਇਹੀ ਹਲਚਰ ਹੋਣ ਵਾਲਾ ਆਉਣ ਵਾਲੇ ਸਮੇਂ ਚ ਜੀ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਮਾਂ ਦਿੱਤਾ ਮਿਹਰਬਾਨੀ ਤੁਹਾਨੂੰ ਜੀ ਆਇਆਂ ਨੂੰ ਸਾਰਿਆਂ ਨੂੰ ਆਪਾਂ ਗੱਲਾਂ ਬਾਤਾਂ ਕੀਤੀਆਂ ਬੜਾ ਚੰਗਾ ਲੱਗਿਆ ਤੁਹਾਡਾ ਬਹੁਤ ਧੰਨਵਾਦ ਸਾਰਿਆਂ ਨੂੰ ਮੇਰੇ ਵੱਲੋਂ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਜੀ ਇਸ ਹਨ ਸਿਕੰਦਰ ਸਿੰਘ ਮਲੂਕਾ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਨੇ ਤੇ ਨਾਲ ਇਹਨਾਂ ਨੇ ਕਿਹਾਗਾ ਕਿ ਲੋਕ ਸਭਾ ਚੋਣਾਂ ਦੇ ਵਿੱਚ ਜਲਦੀ ਹੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਉਮੀਦਵਾਰ ਅੱਲਣੇ ਜਾਣਗੇ ਤੇ ਨਾਲ ਕਿਹਾ ਕਿ ਜਿਹੜਾ ਸਿਆਸਤ ਦੇ ਵਿੱਚ ਅਜੇ ਭਾਵੇਂ ਅਲੈਸ ਬੀਜੇਪੀ ਨਾ ਨਹੀਂ ਹੋਇਆ ਪਰ ਸਿਆਸਤ ਦੇ ਵਿੱਚ ਕਹਿੰਦੇ ਆ ਕਿ ਕੋਸਵੀ ਸੰਭਵ ਹੋ ਸਕਦਾ ਕੁਝ ਵੀ ਹੋ ਸਕਦਾ ਸਿਆਸਤ ਦੇ ਵਿੱਚ ਤੇ ਇੱਕ ਵੱਡਾ ਬਿਆਨ ਇਹ ਵੀ ਦਿੱਤਾ ਕਿ ਐਨਡੀਏ ਦਾ ਹਿੱਸਾ ਭਾਵੇਂ ਇਕੱਲੇ ਦਾ ਰਿਹਾਗਾ ਉਹਦੇ ਨਾਲ ਗੱਠ ਜੋੜ ਨਹੀਂ ਹੋਇਆ ਪਰ ਇਹਨਾਂ ਨੇ ਕਿਹਾ ਕਿ ਇੰਡੀਆ ਗੱਠ ਜੋੜ ਦੇ ਵਿੱਚ ਅਸੀਂ ਨਹੀਂ ਜਾਵਾਂਗੇ ਕਿਉਂਕਿ ਇਹਦੇ ਵਿੱਚ ਕਾਂਗਰਸ ਪਾਰਟੀ ਦੇ ਨਾਲ ਸਾਡੀ ਆ ਜਿਹੜਾ ਸਮਝੌਤਾ ਨਹੀਂ ਹੋ ਸਕਦਾ ਤੇ ਨਾਲ ਹੀ ਕਿਹਾ ਗਿਆ ਕਿ ਅਸੀਂ ਪੰਜਾਬ ਦੇ ਮੁੱਦਿਆਂ ਦੇ ਆਧਾਰ ਤੇ ਜਿਹੜੀ ਲੋਕ ਸਭਾ ਦੀ ਚੋਣ ਆ ਉਹ ਲੜਾਂਗੇ ਕੈਮਰਾਮੈਨ ਲਾਪਿਤ ਦੇ ਨਾਲ ਗਵਿੰਦਰ ਸਿੰਘ ਜੰਗੀ ਹਨ ਤੁਸੀਂ ਜਿੱਥੇ ਤੋਂ ਪ੍ਰਾਈਮੇਸ਼ੀਆ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ